ਹਾਏ ਨੀ ਆਪਾਂ ਫੇਰ ਮਿਲਾਂਗੇ ਕਦੇ ਨਾ ਕਦੇ ਫੇਰ ਮਿਲਾਂਗੇ ਕਦੇ ਨਾ ਕਦੇ ਫੇਰ ਮਿਲਾਂਗੇ ਹਾਏ ਨੀ ਆਪਾਂ ਫੇਰ ਮਿਲਾਂਗੇ ਮਹਿਫਲ ਬੰਨਾ ਤੂੰ ਤਾਰਾ ਸਜਣਾ ਕੱਲਾ ਤੇ ਕਵਾਰਾ ਸਜਣਾ ਮਿਲਣਾ ਚਾਹੂੰ ਦੁਬਾਰਾ ਸਜਣਾ ਫੇਰ ਨਲਾ ਦੀ ਲਾਰਾ ਸਜਣਾ ਮਿੱਟੀ ਦਾ ਬਣ ਤੇਰ ਮਿਲਾਂਗੇ ਹਾਏ ਨਹੀਂ ਆਪਾਂ ਫੇਰ ਮਿਲਾਂਗੇ ਦਾ ਹੋਇਆ ਹੁਣ ਜਦੋਂ ਤੁਸੀਂ ਪੰਜਾਬ ਆਇਓ ਕਿ ਕੋਈ ਕਹਿੰਦੇ ਕਿ ਓਏ ਉਹ ਵਾਲਾ ਮੁੰਡਾ ਫੇਰ ਮਿਲਾਂਗੇ ਵਾਲਾ ਜਿੰਡੇ ਵਾਲੇ ਕਿ ਪਤਲੇ ਜਲੰਧਰ ਟੋਲ ਟੈਕਸ ਤੇ ਹੋਇਆ ਸੀ ਮੈਂ ਇਦਾਂ ਹੀ ਗੱਡੀ 'ਚ ਮੈਂ ਟੋਲ ਟੈਕਸ ਟੋਣ ਲੱਗਿਆ ਲੇਕਿਨ ਹੁੰਦਾ ਨਾ ਅੱਜ ਕੱਲ ਫਾਸਟੈਗ ਦਾ ਫਾਸਟੈਗ ਰਾਈਟ ਤੇ ਮੈਨੂੰ ਬਾਈ ਕਹਿੰਦਾ ਬਾਈ ਕਹਿੰਦਾ ਤੁਹਾਡਾ ਗਾਣਾ ਸੁਣਿਆ ਮੈਂ ਅੱਛਾ ਕਹਿੰਦਾ ਤੁਸੀਂ ਸਹੀ ਕਹ ਲਓ ਮੈਂ ਹਾਂ ਕਹਿੰਦਾ ਯਾਰ ਚੱਕ ਦਿੰਦਾ ਕਹਿੰਦਾ ਆਪਣਾ ਬੰਦਾ ਇਦਾਂ ਦੀਆਂ ਹੁਣ ਚੀਜ਼ਾਂ ਥੋੜੀਆਂ ਹੋਣ ਲੱਗੀਆਂ ਕਿਉਂਕਿ ਹੁਣ ਲੋਕਾਂ ਨੂੰ ਲੱਗਣ ਲੱਗ ਗਿਆ ਕਿ ਸ਼ਾਇਦ ਇਹਦਾ ਗਾਣਾ ਚੱਲਿਆ ਹੈ ਕਿਉਂਕਿ ਨਿਊਜ਼ਲੈਂਡ ਰਹਿ ਕੇ ਸਾਨੂੰ ਕੁਝ ਪਤਾ ਨਹੀਂ ਲੱਗ ਰਿਹਾ ਸੀ ਜੇ YouTube ਤੇ ਇਹ ਚੀਜ਼ ਆਪਾਂ ਸ਼ੋਅ ਨਹੀਂ ਕਰ ਰਹੇ दैट मींस ਹਰ ਬੰਦੇ ਦੀ ਫੇਸ ਵੈਲਿਊ ਘਟ ਰਹੀ ਹੈ ਸੋ ਜਦੋਂ ਫੇਸ ਹੀ ਨਹੀਂ ਦਿਖਿਆ ਆ ਜਿਹੜੇ ਫੋਟੋਆਂ ਕਰਾ ਰਹੇ ਕਿਸੇ ਨੇ ਨਹੀਂ ਕਰਾਉਣੀ ਗਾਣੇ ਸੁਣ ਕੇ ਪਤਾ ਹੀ ਨਹੀਂ ਹੋਣਾ ਕਿ ਕਿ ਕੌਣ ਆਇਆ ਹੈ ਨਾ ਦੀਪ ਜੰਡ ਉਹਨਾਂ ਨੂੰ ਮਿਲੇ ਉਹ ਦੀਪ ਜੰਡੂ ਭਾਈ ਨੂੰ ਮਿਲੇ ਕੀ ਆ ਰਿਹਾ ਪ੍ਰੋਜੈਕਟ ਮਤਲਬ ਕਦੋਂ ਤੱਕ ਆ ਰਿਹਾ ਉਹ ਤਾਂ ਸਰਪ੍ਰਾਈਜ਼ ਹੀ ਹੈ ਜੀ ਅੱਜ ਸਰਪ੍ਰਾਈਜ਼ ਭਾਈ ਜੀ ਨਾਲ ਆਜ ਰੂਲ ਰਿਹਾ ਪਰ ਉਹ ਅਸੀਂ ਇੱਕ ਸਰਪ੍ਰਾਈਜ਼ ਰੱਖਿਆ ਕਿ ਅਸੀਂ ਕਿਹੜਾ ਕੰਟੈਂਟ ਕਿਦਾਂ ਦਾ ਲੈ ਕੇ ਆ ਰਹੇ ਹਾਂ ਕੁਝ ਡਿਫਰੈਂਟ ਕਿਉਂਕਿ ਭਾਈ ਦਾ ਜੋ ਮੈਂ ਸਿਸਟਮ ਦੇਖਿਆ ਤੇ ਕੰਮ ਕਰਨ ਦਾ ਬਾਕੀ ਸਾਰੇ 뮤직 ਵੀਡੀਓਸ ਨਾਲੋਂ ਡਿਫਰੈਂਟ ਲੱਗਾ ਭਾਈ ਨੇ ਮਰ ਤੋਂ ਇੱਕ ਨਹੀਂ ਦੀ ਪਰਚੀ ਗਾਣੇ ਸੁਣੇ ਅੱਛਾ ਭਾਈ ਨੇ ਖੁਦ ਚੂਜ਼ ਕੀਤੇ ਤੇ ਭਾਈ ਦਾ ਟੇਸ ਡਿਫਰੈਂਟ ਸੀ ਜੋ ਮੈਨੂੰ ਵਧੀਆ ਲੱਗਾ ਕਿਉਂਕਿ ਮੈਨੂੰ ਖੁਦ ਨੂੰ ਚੀਜ਼ ਵਧੀਆ ਲੱਗੀ ਕਿ ਇੱਕ ਬੰ ਰੀਸੈਂਟ ਐਗਜ਼ਾਮਪਲ ਤੁਹਾਨੂੰ ਫੋਰਐਵਰ ਗਾਣਾ ਸੁਣਿਆ ਹੋਵੇਗਾ ਤੇਗੀ ਪੰਨੋ ਦਾ ਹਾਂਜੀ ਹਾਂਜੀ ਪ੍ਰੇਮ ਲਤਾ ਜੀ ਉਹ ਗਾਣਾ ਉਹਨਾਂ ਦਾ 13 ਸਾਲ ਪਹਿਲਾਂ ਰਿਕਾਰਡ ਹੋਇਆ ਸੀਗਾ ਅੱਜ ਦੇਖ ਲਓ ਹਾਂ ਤੇ ਉਹ ਉਹਨਾਂ ਦੀ ਉਮਰ ਵੀ ਹੁਣ ਕਿੰਨੀ ਮਤਲਬ ਉਹ ਹੋ ਚੁੱਕੀ ਆ ਉਸ ਦਿਨੋਂ ਚੱਲ ਗਈ ਚੱਲ ਗਏ ਹੈਨਾ ਲੋਕੀ ਅੱਜ ਵੀ ਉਹ ਉਹਨਾਂ ਦੀ ਸਾਗ ਦੀ ਵਟ ਵੀ ਚੱਲਿਆ ਜੀ ਆਹ ਦੇਖ ਲਓ ਕਿੰਨੇ ਬਾਅਦ ਚੱਲ ਉਹ ਗੰਦ ਪਾਉਣ ਲੱਗ ਗਏ ਉਹ ਇਹ ਚੀਜ਼ਾਂ ਕਰਨ ਲੱਗੇ ਬਟ ਲੋਕ ਫਿਰ ਦੇਖਦੇ ਕਿਉਂ ਹਾਂ ਬਿਲਕੁਲ ਉਹਦੇ ਵੀਊ ਕਿਉਂ ਵਧਾ ਰਹੇ ਹੋ ਕਿਉਂ ਵਧਾ ਰਹੇ ਹੋ ਤੁਸੀਂ ਸਿੱਧਾ ਕੋਲ ਬੈਨ ਕਰੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਐਂਡ ਬਾਲੀਵੁੱਡਰ ਦਾ ਪੰਜਾਬੀ ਮਹਤਵਰਨ ਨੇਹਾ ਮਨਹਸ ਔਰ ਅੱਜ ਜਿਨ੍ਹਾਂ ਨਾਲ ਥੋੜੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਉਹਨਾਂ ਨੂੰ ਅਸੀਂ ਬਹੁਤ ਚਿਰ ਤੋਂ ਰਿਕੁਐਸਟ ਕਰ ਰਹੇ ਸੀ ਪਲੀਜ਼ ਇੰਡੀਆ ਆਓ ਤੁਹਾਡਾ ਗੀਤ ਬਹੁਤ ਚੱਲ ਰਿਹਾ ਹੈ ਇੱਕ ਗੀਤ ਨਹੀਂ ਬਹੁਤ سارے ਗੀਤ ਚੱਲ ਰਹੇ ਨੇ ਇੰਡੀਆ ਆ ਕੇ ਲੋਕਾਂ ਨੂੰ ਮਿਲੋ ਪੰਜਾਬ ਜਾ ਕੇ ਲੋਕਾਂ ਨੂੰ ਮਿਲੋ ਵਿਚਰੋ ਤੇ ਪਤਾ ਲੱਗੇਗਾ ਕਿੰਨਾ ਕ੍ਰੇਜ਼ ਬਣਿਆ ਹੋਇਆ ਹੈ ਤੁਹਾਡੇ ਗੀਤਾਂ ਦਾ ਵੈਲ ਤੁਸੀਂ ਸੋਚੋ ਕੌਣ ਨੇ ਮੇਰੇ ਨਾਲ ਨੇ ਸਭੀ ਕਾ ਲੋ ਸਭੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਜੀ ਸੋ ਹੁਣ ਪਤਾ ਲੱਗਿਆ ਕਿੰਨਾ ਕ੍ਰੇਜ਼ ਆ ਲੋਕਾਂ ਦੇ ਵਿੱਚ ਇੱਥੇ ਤੁਹਾਡੇ ਗੀਤਾਂ ਦਾ ਹਾਂਜੀ ਇੱਥੇ ਆ ਕੇ ਤਾਂ ਕਾਫੀ ਕਾਫੀ ਚੀਜ਼ਾਂ ਨਵੀਆਂ ਪਤਾ ਲੱਗੀਆਂ ਲਾਈਕ ਕੀ ਨਵਾਂ ਪਤਾ ਲੱਗਿਆ ਕੀ ਕੁਝ ਨਹੀਂ ਕੀ ਗਾਣਾ ਚੱਲਿਆ ਕਿੰਨਾ ਪਹਿਲਾਂ ਦੀ ਗੱਲ ਇੱਥੇ ਆ ਕੇ ਸਮਝ ਆਏਗੀ ਪੰਜਾਬ 'ਚ ਕਿੰਨਾ ਚੱਲਿਆ ਦਿੱਲੀ 'ਚ ਕਿੰਨਾ ਚੱਲਿਆ ਤੇ ਬੰਬੇ 'ਚ ਕਿੰਨਾ ਚੱਲਿਆ ਤੁਸੀਂ ਦੱਸ ਰਹੀ ਸੀ ਸਪੋਟੀਫਾਈ ਤੇ ਵੀ ਕਿੰਨਾ ਹਾਂ ਸਪੋਟੀਫਾਈ ਤੇ ਸਟਿਲ ਹੁਣ 3-4 ਮਹੀਨੇ ਹੋ ਗਏ ਗਾਣੇ ਨੂੰ ਤੇ ਆਈ ਥਿੰਕ ਸਟਿਲ ਦਿਨ ਦੇ ਵਿੱਚ 1.5 ਲੱਖ 2 ਲੱਖ 3 ਲੱਖ ਸਟ੍ਰੀਮ ਕਰੀ ਜਾ ਰਿਹਾ ਹੈ ਦੇਖੋ ਕੋ ਬਾਤ ਤੁਹਾਨੂੰ ਉਹਦੇ ਲਈ ਥੈਂਕ ਯੂ ਜੀ ਸ ਹਾਂਜੀ ਕਾਫੀ ਕੁਛ ਆ ਤੇ ਕਾਫੀ ਕੁਛ ਨਵਾਂ ਵੀ ਆ ਰਿਹਾ ਤੇ ਕਾਫੀ ਕੁਛ ਵੱਡਾ ਵੀ ਆ ਰਿਹਾ ਸੋ ਟਰਾਈ ਹੈ ਕਿ ਕੁਛ ਡਿਫਰੈਂਟ ਜਾਵੇ ਕਿ ਸੇਮ ਫੀਲਡ ਸੇਮ ਫਲੋਰ ਨਾ ਮਿਲੇ ਵੀ ਲੋਕਾਂ ਨੂੰ ਡਿਫਰੈਂਟ ਕੁਛ ਸੁਣਨ ਨੂੰ ਮਿਲੇ ਹੂੰ ਸੋ ਜਦੋਂ ਲਾਸਟ ਟਾਈਮ ਤੁਸੀਂ ਇੰਡੀਆ ਆਏ ਸੀਗੇ ਤੇ ਹੁਣ ਆਉਣ ਦੇ ਵਿੱਚ ਕੀ ਡਿਫਰੈਂਸ ਫਿਕ ਰਿਹਾ ਲੋਕਾਂ ਦੇ ਵਿੱਚ ਮਿਲਣ ਦੇ ਮਤਲਬ ਕਿੱਦਾਂ ਜਾ ਰਿਹਾ ਸਭ ਕੁਝ ਆ ਝੂਟਗਾ ਤਾਂ ਬੋਲਣਾ ਜੀ ਮੇਰੇ ਤੇ ਆਪਣੇ ਘਰ ਦੇ ਬਾਹਰ ਹੀ ਥੋੜੇ ਜਿ ਹੁਣ ਜਿਦਾ ਰੌਣਕ ਜੀ ਲੱਗੀ ਰਹਿੰਦੀ ਹੈ। ਅੱਛਾ। ਹਾਂ ਜੀ ਸਵੇਰੇ ਆਂਦੇ ਨੇ ਲੋਕ ਮਿਲਣ ਹੁਣ। ਹਾਂ ਜੀ ਹਾਂ ਜੀ ਸਵੇਰੇ ਸਾਡੇ ਆਂਢ ਗੁਆਂਢ ਜਿੱਦੇ ਜਿੱਦਾਂ ਹੈਗੇ ਉਹ ਤੇ ਹੁੰਦੇ ਹੀ ਆ। ਕਿਤੇ ਕੋਈ ਜਿਹਨੂੰ ਪਤਾ ਲੱਗਦਾ ਕਿ ਇੱਥੇ ਘਰ ਆ ਉਹ ਵੀ ਆ ਹੀ ਜਾਂਦਾ ਮਿਲਣ। ਮੇਰੇ ਫਾਦਰ ਸਾਹਿਬ ਥੋੜਾ ਇਹ ਕਰਦੇ ਹੁੰਦੇ ਵੀ ਉਹ ਸੁੱਤਾ ਆ। ਅੱਛਾ। ਤੇ ਮੈਂ ਇਹਨਾਂ ਨੂੰ ਕਹਿੰਦਾ ਮੈਂ ਕੋਈ ਗੱਲ ਨਹੀਂ ਏਡਾ ਵੀ ਕੋਈ ਸੁੱਤਾ ਨਹੀਂ। ਮੈਂ ਉੱਠਿਆ ਹੀ ਹੁਣਾਂ ਤੁਸੀਂ ਬੁਲਾ ਲਿਆ ਕਰੋ ਕੋਈ ਚੱਕਰ ਨਹੀਂ ਮੈਂ ਆ ਕੇ ਫੋਟੋ ਹੀ ਕਰਾਉਣੀ ਇੱਕ ਫੋਟੋ ਕਰਾ ਲਈ ਦੀ। ਵਾ ਵਰੀਆ ਲੱਗਦਾ ਪਰ ਥੋੜਾ ਮੈਨੂੰ ਕਈ ਯਾਰ ਹੁੰਦਾ ਕਿ ਯਾਰ ਇਹ ਕਿਹੜੇ ਪਾਸੇ ਤੁਰ ਪਏ ਵੀ ਇਦਾਂ ਤੇ ਤੇ ਆਪਾਂ ਹੈ ਨਹੀਂ ਆ ਨਿਊਜ਼ੀਲੈਂਡ ਰਹਿੰਦੇ ਉੱਥੋਂ ਦੀ ਬਹੁਤ ਪੀਸਫੁਲ ਲਾਈਫ ਹੈ ਹੈਨਾ ਤੇ ਇੱਥੋਂ ਦੀ ਬਿਲਕੁਲ ਆਪੋਜ਼ਿਟ ਹੈ ਬਿਲਕੁਲ ਉਲਟਾ ਜ਼ਿੰਦਗੀ ਹੈ ਇੱਥੇ ਤੇ ਇੱਥੇ ਤੇ ਜੀ ਬਸ ਬਿਜ਼ੀ ਆ ਸਾਰੇ ਭੱਜ ਰਹਿਣੇ ਇੱਥੇ ਪਰ ਉੱਠਦੇ ਲੇਟ ਆ ਉੱਠਦੇ ਲੇਟ ਆ ਇੱਥੇ ਸਾਡਾ ਟਾਈਮ ਉਥੋਂ 6 ਵਜੇ ਤੋਂ ਸ਼ੁਰੂ ਹੋ ਜਾਂਦਾ ਇੱਥੇ 11 ਵਜੇ ਤੋਂ ਹੁੰਦਾ ਕਿ ਸਵੇਰ 11 ਵਜੇ ਹੁੰਦੀ ਹੈ ਲੋਕਾਂ ਦੀ ਹੈਨਾ ਚਾਹ ਬਟ ਮੈਨ ਲਗਾਦਾ ਕਿ ਹਰ ਜਗ੍ਹਾ ਦਾ ਆਪਣਾ ਤਰੀਕਾ ਹੈ ਕੰਮ ਕਰਨ ਦਾ ਹੈਨਾ ਸੋ ਚੀਜ਼ਾਂ ਵਰਕ ਆਊਟ ਹੋਣੀ ਚਾਹੀਦੀ ਹੈ ਉਹ ਜ਼ਰੂਰੀ ਹੈ ਮੈਨ ਸੋ ਇਸ ਤੋਂ ਪਹਿਲੇ ਕਿ ਆਪਾਂ ਹੋਰ ਗੱਲਾਂ ਪਤਾ ਕਰੀਏ ਆਪਾਂ ਫੇਰ ਮਿਲਾਂਗੇ ਨੇ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਮੈਂ ਚਾਹਾਂਗੀ ਉਹੀ ਦੋ ਲਾਈਨਾਂ ਪਲੀਜ਼ ਦੋਸਤੋ ਸ਼ੁਰੂਆਤ ਕਰਦੇ ਹਾਂ ਹਾਈ ਐਨੀ ਆਪਾਂ ਫੇਰ ਮਿਲਾਂਗੇ ਕਦੇ ਨਾ ਕਦੇ ਫੇਰ ਮਿਲਾਂਗੇ ਕਦੇ ਨਾ ਕਦੇ ਫੇਰ ਮਿਲਾਂਗੇ ਹਾਏ ਨੀ ਆਪਾਂ ਫੇਰ ਮਿਲਾਂਗੇ ਮਹਿਫਲ ਬੰਨਾ ਤੂੰ ਤਾਰਾ ਸਜਣਾ ਕੱਲਾ ਤੇ ਕਵਾਰਾ ਸਜਣਾ ਮਿਲਣਾ ਚਾਹੂੰ ਦੁਬਾਰਾ ਸਜਣਾ ਫੇਰ ਨਲਾ ਦੀ ਲਾਰਾ ਸਜਣਾ ਮਿੱਟੀ ਦਾ ਬਣ ਢੇਰ ਮਿਲਾਂਗੇ ਹਾਏ ਨੀ ਆਪਾਂ ਫੇਰ ਮਿਲਾਂਗੇ ਕਦੇ ਨਾ ਕਦੇ ਫੇਰ ਮਿਲਾਂਗੇ ਹਾਏ ਨੀ ਆਪਾਂ ਫੇਰ ਮਿਲਾਂਗੇ ਕਦੇ ਨਾ ਕਦੇ ਫੇਰ ਮਿਲਾਂਗੇ ਇਦਾਂ ਹੋਇਆ ਹੁਣ ਜਦੋਂ ਤੁਸੀਂ ਪੰਜਾਬ ਆਇਓ ਕਿ ਕੋਈ ਕਹਿੰਦੇ ਕਿ ਓਏ ਉਹ ਵਾਲਾ ਮੁੰਡਾ ਫੇਰ ਮਿਲਾਂਗੇ ਵਾਲਾ ਇੰਨਾ ਕਰਦੇ ਆ ਲੋਕ ਹਾਂਜੀ ਮੇਰੇ ਨਾਲ ਇੱਥੇ ਜੰਡੇ ਵਾਲੇ ਕਿ ਪਤਲੇ ਜਿਲੰਦਰ ਟੋਲ ਟੈਕਸ ਤੇ ਹੋਇਆ ਸੀ ਮੈਂ ਇਦਾਂ ਹੀ ਗੱਡੀ 'ਚ ਮੈਂ ਟੋਲ ਟੈਕਸ ਘਟਾਉਣ ਲੱਗਿਆ ਲੇਕਿਨ ਹੁੰਦਾ ਨਾ ਅੱਜ ਕੱਲ ਫਾਸਟ ਟੈਗ ਦਾ ਫਾਸਟ ਟੈਗ ਰਾਈਟ ਤੇ ਮੈਨੂੰ ਬਾਈ ਕਹਿੰਦਾ ਬਾਈ ਕਹਿੰਦਾ ਤੁਹਾਡਾ ਗਾਣਾ ਸੁਣਿਆ ਮੈਂ ਅੱਛਾ ਕਹਿੰਦੇ ਤੁਸੀਂ ਸੈਵੀ ਕਾਹ ਲੋ ਮੈਂ ਹਾਂ ਕਹਿੰਦਾ ਯਾਰ ਚੱਕ ਦੋਿੰਦਾ ਕਹਿੰਦਾ ਆਪਣਾ ਬੰਦਾ ਬਸ ਉਹੀ ਉਹਨਾਂ ਨੇ ਇਦਾਂ ਹੀ ਘੜਤਾ ਫਿਰ ਕਈ ਯਾਰ ਮਾਲ 'ਚ ਹੋ ਜਾਂਦਾ ਕਈ ਮਾਲ ਜ ਕੋਈ ਨਾ ਕੋਈ ਮਿਲ ਜਾਂਦਾ ਤੇ ਫੋਟੋ ਗਰੋਂ ਲੱਗ ਜਾਂਦੇ ਆ ਹੁਣ ਇਦਾਂ ਹੀ ਮੈਂ ਇੱਕ ਰੀ ਆਪਣੀ ਵਾਈਫ ਨਾਲ ਜਾ ਰਿਹਾ ਸੀ ਜੰਮੂ ਵਾਲੀ ਸਾਈਡ ਪਠਾਨਕੋਟ ਦਾ ਏਰੀਆ ਸੀ ਤੇ ਉੱਥੇ ਬਈ ਇੱਕ ਮੈਡੀਕਲ ਸਟੋਰ ਤੇ ਲੱਗਾ ਅੱਛਾ ਤੇ ਉਹ ਵੈਲਮ ਦੇਖੀ ਗਿਆ ਕਿੰਨਾ ਚਿਰ ਨਾਲੇ ਮੈਡੀਸਿਨ ਢੇਰਿਆ ਮੇਰੀ ਵਾਈਫ ਨੂੰ ਤੇ ਐਂਡ ਤੇ ਜਦੋਂ ਮੈਂ ਪੇ ਕਰ ਰਿਹਾ ਮੈਨੂੰ ਕਹਿੰਦਾ ਭਾਈ ਤੁਸੀਂ ਸੈਵੀ ਕਹ ਲਓ ਨਾ ਮੈਂ ਹਾਂ ਕਹਿੰਦਾ ਅੱਜ ਹੀ ਤੁਹਾਡੇ ਨਾਲੇ ਕਿੰਨਾਂ ਗੱਡੀ ਦੀਆਂ ਵਧਾਈਆਂ ਦੇ ਰਿਹਾ ਸੀ ਤੇ ਨਾਲੇ ਕਹਿੰਦਾ ਅੱਜ ਤੁਹਾਡੀ ਸਟੋਰੀ ਦੇਖੀ ਜੀ ਵੀ ਤੁਸੀਂ ਇੱਧਰ ਨੂੰ ਆ ਰਹੇ ਸੀ ਤੇ ਕਹਿੰਦਾ ਕੋਈ ਨਹੀਂ ਭਾਈ ਪੈਸੇ ਰਹਿਣ ਤਾਂ ਮੈਂ ਨਹੀਂ ਨਹੀਂ ਵੀ ਆਪਣਾ ਹਾਤਾ ਬੱਕਰਾ ਉਹ ਮੈਂ ਬੱਕਰਾ ਬਿਲਕੁਲ ਤੇ ਮੈਂ ਪੇਮੈਂਟ ਕਰਕੇ ਜਾਊਂਗਾ ਬੜਾ ਹੱਥ ਨਹੀਂ ਰਿਹਾ ਸੀ ਉਹਨੇ ਫਿਰ ਵੀ ਕਹਿੰਦਾ ਨਹੀਂ ਭਾਈ 50 50 ਰੁਪਏ ਘਟ ਦੇ ਦੇ ਨਾ ਪਰ ਤੂੰ ਘਟ ਦੋ ਚਲੋ ਫਿਰ ਇਦਾਂ ਹੀ ਚੱਲ ਪਏ ਅੱਗੇ ਨੂੰ 50 ਨਾਲ ਉਹ ਤੇ ਨਿਊਜ਼ੀਲੈਂਡ ਵਾਲਾ ਹਾਤਾ ਬੱਕਰਾ ਰਹਿਣ ਤਾਂ ਨਾਲ ਉਹ ਥੋੜਾ ਰਹਿਦਾ ਟੱਚ ਜੀ ਹਜੇ ਵੀ ਅੱਛਾ ਬਟ ਇਹ ਇਹ ਵੇਖੋ ਕਿ ਕਿੰਨਾ ਪਿਆਰ ਹੈ ਹੈਨਾ ਲੋਕਾਂ ਇਹ ਆਰਟਿਸਟ ਦੀ ਕਮਾਈ ਹੁੰਦੀ ਹੈ ਕਿ ਜਿਹੜਾ ਤੁਹਾਨੂੰ ਕਹਿ ਰਹੇ ਕਿ ਆਪਣਾ ਬੰਦਾ ਜਾਣ ਦੋ ਹੈਨਾ ਕਿ ਨਹੀਂ ਤੁਸੀਂ ਭਾਜੀ ਰਹਿਣ ਦੋ ਇਹ ਪਿਆਰ ਹੈ ਇਹ ਨਿਊਜ਼ੀਲੈਂਡ ਵੇਖਣ ਨੂੰ ਮਿਲਿਆ ਕਿ ਇੱਥੇ ਹੀ ਵੇਖਣ ਨੂੰ ਮਿਲ ਰਿਹਾ ਹੈ ਨਿਊਜ਼ੀਲੈਂਡ ਨਹੀਂ ਜੀ ਨਿਊਜ਼ੀਲੈਂਡ ਇੰਨਾ ਨਹੀਂ ਸੀ ਬਟ ਹਾਂ ਜਦੋਂ ਹੁਣ ਮੈਂ ਰੀਸੈਂਟਲੀ ਅਵਾਰਡ ਲਿਆ ਪੀਡੀਸੀ ਤੋਂ ਸੋ ਮੇਰੇ ਕਾਫੀ ਯਾਰ ਦੋਸ ਜਿਨ੍ਹਾਂ ਨੇ ਕਦੀ ਗਾਣਾ ਵੀ ਸ਼ੇਅਰ ਨਹੀਂ ਕੀਤਾ ਤੇ ਉਹ ਬੰਦੇ ਮੇਰੀ ਪੋਸਟਾਂ ਸ਼ੇਅਰ ਕਰ ਰਹੇ ਮੈਨੂੰ ਵੀ ਸ਼ੌਕਿੰਗ ਲੱਗਾ ਕਿ ਇਹ ਕੀ ਹੋ ਰਿਹਾ ਵੀ ਇਹ ਬੰਦੇ ਕਿਤੋਂ ਵਧੀਆ-ਵਧੀਆ ਆ ਗਏ ਮੈਂ ਵੀ ਹੈਗਾ ਸੋ ਇਦਾਂ ਹੀ ਹੁਣ ਚੀਜ਼ਾਂ ਥੋੜੀਆਂ ਹੋਣ ਲੱਗ ਗਈਆਂ ਕਿਉਂਕਿ ਹੁਣ ਲੋਕਾਂ ਨੂੰ ਲੱਗਣ ਲੱਗ ਗਿਆ ਕਿ ਸ਼ਾਇਦ ਇਹਦਾ ਗਾਣਾ ਚੱਲਿਆ ਹੈ ਕਿਉਂਕਿ ਨਿਊਜ਼ੀਲੈਂਡ ਰਹਿ ਕੇ ਸਾਨੂੰ ਕੁਝ ਪਤਾ ਨਹੀਂ ਲੱਗ ਰਿਹਾ ਸੀ ਕਿ ਕੀ ਹੋ ਰਿਹਾ ਇੱਥੋਂ ਦੀ ਮਾਰਕੀਟ ਦੇ ਵਿੱਚ ਕਿਉਂਕਿ ਨਿਊਜ਼ੀਲੈਂਡ 'ਚ ਇੰਨੇ ਆਰਟਿਸਟ ਨਹੀਂ ਹੈਗੇ ਜਿਹੜੇ ਹੈਗੇ ਬਹੁਤ ਸੋਹਣਾ ਗਾਉਂਦੇ ਆ ਬਟ ਉੱਥੇ ਇਹ ਸਾਨੂੰ ਪਲੇਟਫਾਰਮ ਨਹੀਂ ਮਿਲ ਰਿਹਾ ਕਿ ਉੱਥੇ ਜਿੰਨੇ ਵੀ ਆਰਟਿਸਟ ਆ ਸਾਰੇ ਸਟਰਗਲ ਕਰ ਰਹੇ ਆ ਇਵਨ ਕਿ ਉਹਨਾਂ ਦੇ ਗਾਣੇ ਬਹੁਤ ਸੋਹਣੇ ਵੀ ਆ ਬਟ ਸਟਿਲ ਕਿਤੇ ਨਾ ਕਿਤੇ ਉਹਨ ਪਹਿਲ ਤੇ ਤੁਹਾਨੂੰ ਅਵਾਰਡ ਲਈ ਮੁਬਾਰਕਾਂ ਬਹੁਤ ਬਹੁਤ ਥੈਂਕ ਯੂ ਜੀ ਔਰ ਦੂਜੀ ਗੱਲ ਜਿਹਦਾ ਤੁਸੀਂ ਕਹਿ ਰਹੇ ਹੋ ਕਿ ਨਿਊਜ਼ੀਲੈਂਡ ਦੇ ਵਿੱਚ ਬਹੁਤ ਅੱਛੇ ਆਰਟਿਸਟ ਹੈ ਬਟ ਇੱਕ ਪਲੈਟਫਾਰਮ ਨਹੀਂ ਮਿਲ ਰਿਹਾ ਬਟ ਤੁਹਾਡਾ ਗਾਣਾ ਵੀ ਤਾਂ ਇੱਕ ਸੋਸ਼ਲ ਮੀਡੀਆ ਦੇ ਥਰੂ ਲੋਕਾਂ ਤੱਕ ਪਹੁੰਚਿਆ ਤੇ ਫਿਰ ਉਹਨਾਂ ਨੂੰ ਕੀ ਲੱਗਦਾ ਕਿ ਕਿਉਂ ਨਹੀਂ ਰੀਚ ਮਿਲ ਪਾ ਰਹੀ ਉਸ हिसाब ਦੀ ਪਹਿਲੀ ਗੱਲ ਤੇ ਦੇਖੋ ਜੀ ਹੁਣ ਇੱਥੇ ਵੀ ਮੀਡੀਆ ਹੈ ਉੱਥੇ ਵੀ ਮੀਡੀਆ ਸੋਸ਼ਲ ਮੀਡੀਆ ਤੇ ਚੱਲੋ ਹੈ ਹੀ ਹੈ ਬਟ ਸਾਡੇ ਜਿੱਦਾਂ ਮੈਨੂੰ ਜੋ ਲੱਗਦਾ ਕਿ ਜਿੱਦਾਂ ਲੋਕੀ ਬਾਹਰੋਂ ਆਰਟਿਸਟ ਸੱਦ ਰਹੇ ਆ ਜਿਦਾ ਇੰਡੀਆ ਤੋਂ ਇਨਵਾਈਟ ਕਰਦੇ ਆ ਆਸਟ੍ਰੇਲੀਆ ਤੋਂ ਕਰ ਲਿਆ ਜਾਂ ਕਿਦੋਂ ਜਦੋਂ ਸ਼ੋਜ਼ ਵਗੈਰਾ ਜਾਂ ਮੇਲੇ ਲੱਗਦੇ ਆ ਹਾਂਜੀ ਬਟ ਉਹਨਾਂ ਨੇ ਕਦੀ ਬਹੁਤ ਰੇਅਰ ਦੇਖਿਆ ਮੈਂ ਇੱਕ ਅਧਾ ਆਰਟਿਸਟ ਹੋਊਗਾ ਜਿਹੜਾ ਜਾ ਕੇ ਸਟੇਜ ਤੇ ਪਰਫਾਰਮ ਕਰ ਲਵੇ ਲੋਕਲ ਜੋਬ ਨੇ ਉੱਥੋਂ ਦੇ ਉਹ ਲੋਕਲ ਨੂੰ ਸਪੋਰਟ ਨਹੀਂ ਕਰ ਰਹੇ ਉਹਨਾਂ ਦਾ ਇਹ ਸੋਚ ਹੈ ਕਿ ਬਾਹਰੋਂ ਆਰਟਿਸਟਾ ਲੈ ਲਓ ਪੈਸੇ ਕਮਾ ਲਓ ਜਾਂ ਪੈਸੇ ਲਾ ਲਓ ਕਿ ਲੋਕੀ ਜ਼ਿਆਦਾ ਆ ਜਾਣਗੇ ਹੈਨਾ ਘੱਟ ਜ਼ਿਆਦਾ ਹੋ ਜੇ ਤੇ ਆਪਣੇ ਲੋਕਲ ਨੂੰ ਘਾਟੀ ਸਪੋਰਟ ਹੁਣ ਉੱਥੇ ਇੱਕ ਭਾਜੀ ਵੀ ਨੇ ਆਪਣੇ ਸੱਤਾ ਬੈਰੋ ਵਾਲੀ ਆ ਭਾਜੀ ਵੀ ਉਹ ਵੀ ਸਟਿਲ ਇੰਨੀ ਵਧੀਆ ਲਿਖਦੇ ਆ ਰਾਈਟ ਰਾਈਟ ਉਸ ਉਹ ਵੀ ਮੈਨੂੰ ਜਿੱਥੋਂ ਤੱਕ ਲੱਗਦਾ ਭਾਜੀ ਹਜੇ ਵੀ ਸਟਰਗਲ ਕਰ ਰਹੇ ਜਿੱਥੋਂ ਤੱਕ ਕਿ ਉਹਨਾਂ ਦਾ ਜਿੰਨਾ ਉਹਨਾਂ ਦਾ ਲਿਖਤ ਹੈ ਜਿੰਨਾਂ ਦਾ ਨਾਮ ਆ ਉਹਨਾਂ ਦਾ ਹੁਣ ਤੱਕ ਉੱਥੇ ਪੂਰਾ ਰਤਬਾ ਹੋਣਾ ਚਾਹੀਦਾ ਵੀ ਟੌਪ ਲੈਵਲ ਦਾ ਹੈ ਕਿ ਭਾਜੀ ਹੁਣ ਬਹੁਤ ਸੋਹਣਾ ਲਿਖਦੇ ਸੋ ਉਹ ਵੀ ਕਿਤੇ ਲੱਗ ਰਿਹਾ ਕਿ ਉਹ ਵੀ ਸੋ ਮੈਨੂੰ ਲੱਗਦਾ ਨਹੀਂ ਇਹ ਚੀਜ਼ ਹੋਣੀ ਚਾਹੀਦੀ ਪਰ ਚਲੋ ਹੁਣ ਉਥੇ ਜੋ ਲੋਕ ਕਰ ਰਹੇ ਉਹਨਾਂ ਦੀ ਮਰਜ਼ੀ ਹੈ ਹਮ ਚਲੋ ਇੱਕ ਐਂਟਰਟੇਨ ਕਰਨਾ ਲੋਕਾਂ ਨੂੰ ਤਾਂ ਚਲੋ ਇੱਕ ਆਰਟਿਸਟ ਦਾ ਫਰਜ਼ੀ ਹੈ ਬਟ ਮੈਨੂੰ ਲੱਗਦਾ ਕਿ ਜ਼ਿਆਦਾ ਕਮਰਸ਼ੀਅਲ ਜ਼ਿਆਦਾ ਕਮਰਸ਼ੀਅਲ ਹੋ ਚੁੱਕੀ ਹੈ ਇੰਡਸਟਰੀ ਹੈ ਨਾ ਕਿ ਹੁਣ ਲੋਕੀ ਇਹ ਨਹੀਂ ਸੋਚਦੇ ਕਿ ਕਿਸ ਨੂੰ ਕੀ ਮੌਕਾ ਦੇਣਾ ਹੈ ਹੈ ਨਾ ਲੋਕ ਸੋਚਦੇ ਜਿਹੜਾ ਆਲਰੇਡੀ ਬੜਾ ਫੇਮਸ ਹੈ ਉਹਨੂੰ ਬੁਲਾਓ ਆਪਣਾ ਫਾਇਦਾ ਕਰੋ ਅਗਲੇ ਦਾ ਫਾਇਦਾ ਕਰੋ ਹੈ ਨਾ ਬਟ ਮੈਨੂੰ ਲੱਗਦਾ ਕਿ ਟੈਲੈਂਟ ਜੇ ਕੋਈ ਹੈਗਾ ਹੈ ਕੋਈ ਟੈਲੈਂਟਡ ਬੰਦਾ ਹੈ ਤਾਂ ਉਹਨੂੰ ਅੱਗੇ ਥੋੜਾ ਜਿਹਾ ਇੱਕ ਪੁਸ਼ ਇੱਕ ਵਾਰ ਤਾਂ ਬੰਦਾ ਪੁਸ਼ ਕਰ ਹੀ ਸਕਦਾ ਹੈ ਜਰੂਰ ਕਿਉਂਕਿ ਜੇ ਸਮਝ ਲਓ ਤੁਸੀਂ ਕਿਸੇ ਵੱਡੇ ਆਰਟਿਸਟ ਨੂੰ ਬੁਲਾਇਆ ਐਟ ਲੀਸਟ ਉਹਨੂੰ ਇੱਕ ਛੋਟਾ ਟਾਈਮ ਥੋੜੇ ਟਾਈਮ ਲਈ ਸਟੇਜ ਦਿਓ ਵੀ ਉਹ ਆਪਣਾ ਟੈਲੈਂਟ ਵੀ ਸ਼ੋਅ ਕਰ ਸਕੇ ਲੈਕ ਨੂੰ ਥੋੜਾ ਪਲੇਟਫਾਰਮ ਮਿਲੇ ਏਟਲੀਸਟ ਉਹਨੂੰ ਪਲੇਟਫਾਰਮ ਮਿਲ ਰਿਹਾ ਕਿ ਇੰਨੇ ਲੋਕਾਂ ਦਾ ਇਕੱਠ ਹੋਇਆ ਤੇ ਉਹਦੇ ਵਿੱਚ ਉਹ ਗਾ ਰਿਹਾ ਪਤਾ ਨਹੀਂ ਹੁੰਦਾ ਜੀ ਕਿਸਮਤ ਕਈ ਲੋਕ ਕਹਿੰਦੇ ਨੇ ਤੁਹਾਨੂੰ ਵੀ ਜਿੱਦਾਂ ਮੈਂ ਚਮਕੀਲਾ ਮੂਵੀ ਦੇਖੀ ਸੀ ਹੁਣੇ ਉਹ ਕਿੱਦਾਂ ਉਹਨੂੰ ਚਮਕੀਲੇ ਨੂੰ ਮੌਕਾ ਮਿਲਿਆ ਸੀ ਉਹ ਇੱਕ ਮੌਕਾ ਮਿਲਿਆ ਤੂੰ ਇੱਕ ਮੌਕੇ ਤੋਂ ਬਾਅਦ ਉਹ ਕਿੱਦਾਂ ਚੱਲ ਗਿਆ ਸੋ ਇਹ ਇਹ ਚੀਜ਼ ਹੋ ਸਕਦਾ ਦੁਬਾਰਾ ਵੀ ਹੋ ਜੇ ਕਿਸੇ ਲਈ ਕਿਸੇ ਲਈ ਵੀ ਬੈਨੀਫਿਟ ਹੋ ਸਕਦਾ ਉਹ ਚੀਜ਼ ਦਾ ਸੋ ਆਈ ਥਿੰਕ ਜੋ ਪ੍ਰੋਮੋਟਰ ਨੇ ਜਾਂ ਜੋ ਉੱਥੇ ਜੋ ਵੀ ਆਰਗੇਨਾਈਜ਼ ਕਰਦੇ ਨੇ ਉਹਨਾਂ ਨੂੰ ਇਹ ਚੀਜ਼ ਤੇ ਫੋਕਸ ਕਰਨਾ ਚਾਹੀਦਾ ਤੁਹਾਨੂੰ ਤੁਹਾਨੂੰ ਵੀ ਗਏ ਕਦੀ ਕਿ ਮੈਨੂੰ ਮੌਕਾ ਦੋ ਮੇਲੇ ਤੇ ਕਿਸੇ ਨਹੀਂ 2 ਵੀ ਉਸ ਮੈਂ ਕਦੀ ਜਾ ਕੇ ਕਿਸੇ ਨੂੰ ਸਪੈਸ਼ਲ ਕਿਹਾ ਨਹੀਂ ਕਿਉਂਕਿ ਮੈਨੂੰ ਸ਼ੁਰੂ ਤੋਂ ਇਹ ਹੀ ਸੀ ਕਿ ਜੇ ਮੇਰਾ ਗਾਣਾ ਚੱਲਣਾ ਪਹਿਲੀ ਗੱਲ ਤੇ ਇਦਾਂ ਹੀ ਚੱਲ ਜੂ ਇੰਨਾ ਕੌਨਫੀਡੈਂਸ ਹੈਗਾ ਹੈਨਾ ਨਹੀਂ ਕੌਨਫੀਡੈਂਸ ਨਹੀਂ ਸੀ ਇੰਨਾ ਸੀ ਕਿ ਮੈਂ ਕਦੀ ਕਿਸੇ ਤੋਂ ਹੈਲਪ ਨਹੀਂ ਲੈਣੀ ਅੱਛਾ ਆਪਣੇ ਬਲਬੁੱਤੇ ਆਪਣੇ ਤੇ ਕਰਨਾ ਮੈਂ ਕਦੀ ਕਿਸੇ ਤੋਂ 뮤జిక్ ਲਈ ਤਰਲਾ ਨਹੀਂ ਕੀਤਾ ਹੂੰ ਜੇ ਮੈਂ ਕਹਾਂ ਲੋ ਵੀਡੀਓ ਲੈਣੀ ਮੈਂ ਵੀਡੀਓ ਦਾ ਖੁਦ ਮੇਰਾ ਕੰਮ ਆ ਕੰਮ ਹੈ ਤੁਹਾਡਾ ਤੇ ਮੈਂ ਆਪਣਾ ਲੱਗੇ ਰਹੇ ਸੀ ਥੋੜਾ ਪਤਾ ਕਰਦੇ ਰਹੇ ਜਿੰਨੇ ਕੁ ਜੋਗੇ ਸੀ ਤੇ 뮤직 ਲਈ ਇੱਕ ਪਹਿਲਾਂ ਮੁੰਡਾ ਸੈਮ ਵੀ ਸੀ ਤੇ ਇੱਥੇ ਮੈਨੂੰ ਬਾਈ ਮਿਲ ਗਿਆ ਅਨਸ਼ਲ ਸੇਟੀਆ ਜੀ ਤੇ ਬਾਈ ਦੇ 뮤직 ਨਾਲ ਵਾਲੀ ਪਹਿਲਾ ਗਾਣਾ ਹਿੱਟ ਗਿਆ ਆਪਣਾ ਰਾਈਟ ਹਾਂਜੀ ਬਸ ਇਦਾਂ ਹੈ ਕਿ ਜੋ ਵੀ ਕਰੋ ਆਪਣੇ ਸਿਰ ਤੇ ਕਰੋ ਬਟ ਹਾਂ ਜੇ ਕੋਈ ਉੱਥੇ ਬੰਦਾ ਹੈਗਾ ਕਿ ਜੇ ਲੱਗਦਾ ਕਿ ਉਹਨੂੰ ਕਿ ਯਾਰ ਇਹ ਬੰਦਾ ਵਧੀਆ ਚੱਲ ਰਿਹਾ ਉਹਨੂੰ ਸਪੋਰਟ ਕਰਨੀ ਚਾਹੀਦੀ ਹੈ ਫੀਲਿੰਗ ਜੀ ਆ ਜਾਂਦੀ ਹੈ ਬੰਦੇ ਦੇ ਵਿੱਚ ਜਦੋਂ ਬੰਦਾ ਕੋਈ ਮੁਕਾਮ ਹਾਸਲ ਕਰਦਾ ਹੈ ਸਾਰੇ ਦੇ ਵਿੱਚ ਆਈ ਉਹ ਫੀਲਿੰਗ ਨਹੀਂ ਇਦਾਂ ਦੀ ਕੋਈ ਖਾਸ ਫੀਲਿੰਗ ਨਹੀਂ ਆਈ ਬਟ ਹਾਂ ਇਹ ਜ਼ਰੂਰ ਹੋਇਆ ਕਿ ਐਟਲੀਸਟ ਮੇਰਾ ਗਾਣਾ ਇੱਥੋਂ ਉੱਠਿਆ ਤੇ ਲੋਕਾਂ ਨੇ ਸੁਣਿਆ ਤੇ ਮੇਰੇ ਫਾਦਰ ਸਾਹਿਬ ਦਾ ਫੋਨ ਵੀ ਆਇਆ ਤੇ ਕਹਿੰਦੇ ਵੀ ਚੱਲ ਸ਼ੁਕਰ ਕੁਝ ਤਾਂ ਚੱਲਿਆ ਕੁਝ ਤਾਂ ਚੱਲਿਆ ਕਿਉਂਕਿ ਉਹ ਥੋੜੇ ਸਿੱਧੇ ਆ ਉਹਨਾਂ ਨੂੰ ਜੋ ਬੋਲਣਾ ਨਾ ਬੋਲ ਦੇਣਾ ਪਰ ਇਹ ਕਿ ਉਹ ਦਿਲੋਂ ਕੋਰੇ ਆ ਕਿ ਉਹ ਬੋਲ ਦਿੰਦੇ ਆ ਕਿ ਨਾ ਸਾਡੇ ਬੱਚਾ ਹੁਣ ਵੀ ਜਿੰਦਾ ਚਾਹੇ ਮੈਂ ਅਵਾਰਡ ਜਿੱਤਿਆ ਖੁਸ਼ ਨੇ ਪਰ ਉਹਨਾਂ ਨੇ ਇਹ ਨਹੀਂ ਸ਼ੋਅ ਕਰਨਾ ਕਿ ਹਾਂ ਵੀ ਬਹੁਤ ਵਧੀਆ ਬਹੁਤ ਵਧੀਆ ਉਹ ਇੰਨਾ ਹੀ ਕਹਿੰਦੇ ਵਧੀਆ ਠੀਕ ਆ ਠੀਕ ਆ ਪੁਲਿਸ ਵਾਲਿਆਂ ਨਾਲੇ ਆਪਣਾ ਰੋਦਣਾ ਰੱਖਣਾ ਹੀ ਰੱਖਣਾ ਜੀ ਪਰ ਨਹੀਂ ਮੈਂ ਮੇਰੇ ਫਾਦਰ ਸਾਹਿਬ ਦੀ سپورਟ ਬਹੁਤ ਆ ਤੇ ਮਦਰ ਨੇ ਮੇਰੇ ਬਹੁਤ سپورਟ ਕੀਤੀ ਆ অলਵੇਜ਼ ਕੀਤੀ ਆ ਚਾਹੇ ਮੇਰਾ ਮਾੜਾ ਟਾਈਮ ਸੀ ਚਾਹੇ ਜਦੋਂ ਹੁਣ ਵੀ ਕਈ ਯਾਰ ਲਾਸਟ ਇਅਰ ਦੀ ਗੱਲ ਮੈਂ ਕੈਫੇ ਲਿਆ ਸੀ ਮੈਂ ਕਾਫੀ ਲਾਸਸ ਚ ਸੀ ਤੇ ਮੈਂ ਜਸਟ ਇੱਕ ਕਾਲ ਕੀਤੀ ਫਾਦਰ ਸਾਹਿਬ ਨੂੰ ਕਿ ਮੈਂ ਵੀ ਸ਼ਾਇਦ ਮੈਨੂੰ ਫਾਈਨੈਂਸ਼ੀਅਲੀ ਥੋੜੀ ਜੀ ਹੈਲਪ ਦੀ ਲੋੜ ਪਵੇ ਤੇ ਕਹਿੰਦੇ ਕੋਈ ਚੱਕਰ ਨਹੀਂ ਆਂਦੇ ਇਥੇ ਬਥੇਰੀ ਚ ਪੈ ਲਈ ਜਿਹੜੀ ਵਿੱਚ ਨਹੀਂ ਨਾਲਦੀ ਅੱਛਾ ਬੜੋਂ ਉਨ੍ਹਾਂ ਨੇ ਕਦੀ ਨਾ ਨਹੀਂ ਕੀਤੀ ਕਿਸੇ ਚੀਜ਼ ਲਈ ਵੀ ਈਵਨ ਕੋਈ ਵੀ ਟਾਈਮ ਹੋਇਆ ਉਹਨਾਂ ਨੇ ਆਲਵੇਸ ਸਪੋਰਟ ਕੀਤੀ ਤੇ ਤੁਸੀਂ ਉਹਨਾਂ ਨੂੰ ਪ੍ਰਾਊਡ ਫੀਲ ਕਰਾਉਣ ਦੇ ਲਈ ਜਾਂ ਫਿਰ ਉਹਨਾਂ ਦੇ ਕਰਕੇ ਹੀ ਬਾਹਰ ਗਏ ਸੀ ਹੈਨਾ ਜਿੱਥੇ ਆਪਾਂ ਲਾਸਟ ਟਾਈਮ ਆਪਣੀ ਗੱਲ ਹੋਈ ਸੀਗੀ ਹੈਨਾ ਤੇ ਮੈਨੂੰ ਲੱਗਦਾ ਹੈ ਕਿ ਹਾਂ ਇਦਾਂ ਹੀ ਹੋਣਾ ਚਾਹੀਦਾ ਹੈ ਜੇ ਤੁਸੀਂ ਘਰਦਿਆਂ ਨੂੰ ਖੁਸ਼ ਰੱਖੋਗੇ ਉਹਨਾਂ ਨੂੰ ਵੀ ਤੁਹਾਡੇ ਤੇ ਮਾਣ ਰਹੂਗਾ ਹਮੇਸ਼ਾ ਸਟੈਂਡ ਰਹਿਣਗੇ ਤੁਹਾਡੇ ਲਈ ਇਹ ਸੱਚ ਹੈ ਜੀ ਇਹ ਸੱਚ ਹੈ ਜਮਾਂ ਸੱਚ ਹੈ ਸੋ ਹੁਣ ਉਹਨਾਂ ਨੂੰ ਜਦੋਂ ਤੁਸੀਂ ਦੱਸਦੇ ਕਿ ਲੋਕੀ ਆ ਜਾਂਦੇ ਘਰ ਦੇ ਬਾਹਰ ਹੈਨਾ ਉਹਨਾਂ ਨੂੰ ਕਿੰਨੀ ਖੁਸ਼ੀ ਹੁੰਦੀ ਹੈ ਦੇਖ ਕੇ ਕਿ ਯਾਰ ਫੋਟੋਗ੍ਰਾਫਰ ਆ ਰਿਹਾ ਸਾਡੇ ਫੋਟਮਨ ਨਹੀਂ ਖੁਸ਼ੀ ਤਾਂ ਬਹੁਤ ਹੁੰਦੀ ਹੈ ਜੀ ਬਟ ਉਹ ਕਿਤੇ ਨਾ ਕਿਤੇ ਕਈ ਚੀਜ਼ਾਂ ਤੋਂ ਹੁਣ ਡਰਦੇ ਵੀ ਆ ਜੋ ਮੈਂ ਇੱਥੇ ਫੀਲ ਕੀਤਾ ਜਿੱਦਾਂ ਤੁਸੀਂ ਤੁਹਾਨੂੰ ਪਤਾ ਹੈ ਸਿੱਧੂ ਮੁਸੇ ਵਾਲੇ ਬਾਈ ਨਾਲ ਉਹ ਜੋ ਮਾਹੌਲ ਉਹ ਓਪਨ ਸੀ ਸਾਰਿਆਂ ਲਈ ਉਹ ਬੰਦਾ ਹਰ ਕਿਸੇ ਨਾਲ ਹੱਸ ਕੇ ਮਿਲਦਾ ਸੀ ਹੱਸ ਕੇ ਸੋ ਕਿਤੇ ਨਾ ਕਿਤੇ ਉਹ ਚਲੋ ਸਾਡਾ ਉਹਨਾਂ ਉਰਤ ਬਣੀ ਆ ਨਾ ਅਸੀਂ ਮੈਨੂੰ ਪਤਾ ਹੈ ਜ਼ਿੰਦਗੀ 'ਚ ਹੋਣਾ ਕਿ ਨਹੀਂ ਨਾ ਅਸੀਂ ਸੋਚਦੇ ਵੀ ਆ ਕਿ ਉਹਦਾ ਕਿਉਂ ਇਕਲੌਤਾ ਬੰਦਾ ਸੀ ਜਿਹੜਾ ਉਦਾਂ ਦਾ ਸੀ ਬਟ ਜਿੱਥੋਂ ਤੱਕ ਮੈਂ ਫਾਜ਼ਲ ਸਾਹਿਬ ਨੂੰ ਥੋੜਾ ਡਰਦੇ ਹੁਣੇ ਡਰ ਗਏ ਉਸ ਮਾਹੌਲ ਤੋਂ ਕਿ ਕਿਤਨਾ ਕਿਤੇ ਉਹ ਵੀ ਹੁਣ ਡਰਦੇ ਕਿ ਕਾਮਯਾਬ ਹੋਣਾ ਫੇਮਸ ਹੋਣਾ ਵੀ ਮਾੜਾ ਪੈਸਾ ਖਤਰਾ ਹੀ ਹੈ ਇੱਥੇ ਕਹਿੰਦੇ ਹੁਣ ਮੈਂ ਜਿੱਦਾਂ ਰੀਸਨਲੀ ਮੇਰੇ ਫਾਜ਼ਲ ਸਾਹਿਬ ਕੋ ਆਪਣੇ ਪਰਸਨਲ ਜਿੱਦਾਂ ਹਥਿਆਰ ਵੀ ਹੈਗੇ ਆ ਮੈਂ ਉਹਨਾਂ ਨੂੰ ਕੋਈ ਭਲਾ ਪਤਾ ਨਹੀਂ ਸੀ ਮੈਂ ਆਉਣਾ ਅੱਛਾ ਉਹ ਪੁਲਿਸ ਕਿ ਬੇਟਾ ਰਿਟਾਇਰਡ ਨੇ ਹੈਨਾ ਹਾਂ ਰਿਟਾਇਰ ਕਰਵਾਤੇ ਸੀ ਬਟ ਉਹਨਾਂ ਕੋ ਆਪਣਾ ਪਰਸਨਲ ਹੈਗਾ ਤਾਂ ਮੈਨੂੰ ਕਹਿੰਦੇ ਰਹੇ ਯਾਰ ਤੂੰ ਦੱਸ ਦਿੰਦਾ ਆਉਣਾ ਕਿਤੇ ਬੰਦਾਂ ਨਾਲ ਤੁਰ ਪੈਂਦਾ ਸੇਫਟੀ ਹੁੰਦੀ ਹੈ ਬਟ ਸਟਿਲ ਕਿਤਨੇ ਕਿਤੇ ਇਹ ਚੀਜ਼ਾਂ ਨਹੀਂ ਤੇ ਹਨ ਹੋਣੀਆਂ ਨਹੀਂ ਸੀ ਉਹਨਾਂ ਨੇ ਕਹਿਣਾ ਨਹੀਂ ਸੀ ਇਹ ਚੀਜ਼ ਉਹਨਾਂ ਨੂੰ ਉਹ ਇਨਸੀਡੈਂਟ ਨਾ ਹੁੰਦਾ ਸਿੱਧੂ ਨਾ ਚੀ ਕੁਛ ਨਾ ਹੁੰਦਾ ਕਿਤਨੇ ਕਿਤੇ ਹੁਣ ਮੇਰੇ ਖਿਆਲ ਨਾਲ ਹਰ ਆਰਟਿਸਟ ਦੀ ਫੈਮਿਲੀ ਦੇ ਵਿੱਚ ਇਹ ਚੀਜ਼ ਦਾ ਡਰ ਹੈਗਾ ਤੁਸੀਂ ਕੀ ਫੀਲ ਕੀਤਾ ਇੱਥੇ ਆ ਕੇ ਨਿਊਜ਼ੀਲੈਂਡ ਦਾ ਨਹੀਂ ਕਿਉਂਕਿ ਤੁਸੀਂ ਆਪਣਾ ਕੰਮ ਉੱਥੇ ਬਿਜ਼ੀ ਬਹੁਤ ਰਹਿੰਦੇ ਹੋ ਹੈ ਨਾ ਤੁਹਾਡੇ ਹੋਰ ਕੰਮ ਵੀ ਹੈਗੇ ਗਾਣੇ ਤੋਂ ਇਲਾਵਾ ਉੱਥੇ ਕੰਮ ਕਰਦੇ ਹੋ ਬਟ ਇੱਥੇ ਆ ਕੇ ਕੀ ਫੀਲ ਹੁੰਦਾ ਹੈ ਕਿ ਹਾਰਡ ਹੈ ਇੱਕ ਆਰਟਿਸਟ ਦੀ ਲਾਈਫ ਇੱਥੇ ਜੀ ਕਾਫੀ ਲੋਕ ਸਟਰਗਲ ਕਰ ਰਹੇ ਆ ਇਹਦੇ ਇੱਕ ਆਰਟਿਸਟ ਨਹੀਂ ਇੱਥੇ ਲੱਖਾਂ ਚ ਆਰਟਿਸਟਾਂ ਹਾਂ ਬਿਲਕੁਲ ਤੇ ਕਾਫੀ ਲੋਕ ਸਟਰਗਲ ਕਰ ਰਹੇ ਆ ਕਾਫੀ ਲੋਕਾਂ ਨੇ ਆਪਣੇ ਘਰ-ਬਾਰ ਤੱਕ ਵੇਚੇ ਆ ਜੀ ਇਸ ਲਾਈਨ ਦੇ ਚੱਕਰ ਚ ਤੇ ਸੇਫਟੀ ਵਾਈਜ਼ ਵੇਖਿਆ ਜਾਵੇ ਟੂ ਬੀ ਓਨਸਟ ਮੈਂ ਹੁਣ ਦੇਖਦਾ ਹੀ ਇੱਥੇ ਮੈਂ ਹੁਣ ਮੇਰੇ ਨਾਲ ਕੋਈ ਸਕਿਉਰਟੀ ਸਕੈਟੀ ਕੁਝ ਨਹੀਂ ਹੈਗੀ ਬਟ ਜਿੱਦਾਂ ਉਹ ਲੋਕਾਂ ਦੇ ਇੱਥੇ ਦੇਖੀਦੇ ਜਿਹੜੇ ਆਰਟਿਸਟ ਚੱਲੇ ਹੋਏ ਆ ਉਹਨਾਂ ਨਾਲ 12 12 13 ਤੇਰਾ ਬੌਂਸਰ ਜਾ ਰਹੇ ਹਨਾ ਸੋ ਮੈਨੂੰ ਨਹੀਂ ਪਤਾ ਉਹ ਸੇਫਟੀ ਰੀਜ਼ਨ ਹੈ ਜਾਂ ਉਹ ਪ੍ਰੋਮੋਸ਼ਨਲੀ ਹੈ ਜਾਂ ਇੱਕ ਸ਼ੋਸ਼ੀਬਾਜ਼ੀ ਕਹਿ ਲਓਗੀ ਉਹਦਾ ਮੈਨੂੰ ਕੁਝ ਪਤਾ ਨਹੀਂ ਲੱਗਾ ਬਟ ਹਾਂ ਸੇਫਟੀ ਵਾਈਜ਼ ਜਿੱਦਾਂ ਮੈਂ ਫੈਮਿਲੀ ਦਾ ਪਰਪਸ ਦੱਸਿਆ ਉਹ ਜ਼ਰੂਰ ਹੈਗਾ ਪਰ ਬਾਕੀ ਰੱਬ ਹੀ ਜਾਣਦਾ ਜੇ ਉਹ ਹੁਣਾਂ ਉਹਨੂੰ ਪਤਾ ਉਹਨੂੰ ਪਤਾ ਬਿਲਕੁਲ ਪਰ ਜਦੋਂ ਤੁਸੀਂ ਕਹਿ ਰਹੇ ਹੋ ਕਿ 12 ਬੰਦੇ ਹੋ ਨਾ ਬੰਦਾ ਜ਼ਿਆਦਾ ਨੋਟਿਸ ਹੁੰਦਾ ਉਸ ਟਾਈਮ ਤੇ ਜੋ ਤਾਂ ਨਾ ਜ਼ਿਆਦਾ ਬੰਦੇ ਹੁੰਦੇ ਉਹ ਚੀਜ਼ ਨੈਗੇਟਿਵ ਆ ਆਈ ਥਿੰਕ ਉਹ ਤੁਸੀਂ ਜ਼ਿਆਦਾ ਦੱਸ ਰਹੇ ਜੇ ਕਿ ਮੈਂ ਇੱਕ ਆਰਟਿਸਟ ਆ ਜਾਂ ਮੈਂ ਇੱਕ ਵੱਡਾ ਬੰਦਾ ਮੇਰੇ ਨਾਲ ਇੰਨੇ ਬੰਦੇ ਮੇਰੀ ਸੇਫਟੀ ਲਈ ਸਹੀ ਗੱਲ ਹੈ ਉਹਨਾਂ ਕੋ ਕੋਈ ਗੱਲ ਨਹੀਂ ਹੈਗੀ ਜੀ ਉਹ ਸਿਰਫ ਇੱਕ ਬਾਡੀ ਬਿਲਡਰਸ ਨੇ ਥੋੜੀ ਸੇਫਟੀ ਤੁਹਾਨੂੰ ਕਵਰ ਕਰ ਲੈਣਗੇ ਪਰ ਜਦੋਂ ਮੈਂ ਜਿੱਥੇ ਤੱਕ ਦੇਖਿਆ ਜਦੋਂ ਗੋਲੀ ਜਲਦੀ ਕੋਈ ਨਹੀਂ ਖੜਦਾ ਕੋਈ ਨਹੀਂ ਖੜਦਾ ਬਿਲਕੁਲ ਨਹੀਂ ਖੜਦਾ ਉਹ ਇੱਕ ਰੁਤਬਾ ਜਿਹਾ ਹੀ ਰੀਸੈਂਟ ਤੁਹਾਡਾ ਗਾਣਾ ਆਇਆ ਮੇਰਾ ਯਾਰ ਹਾਂਜੀ ਮੈਂ ਚਾਹਾਂਗੀ ਦੋ ਲਾਈਨਾਂ ਪਲੀਜ਼ ਉਹਦੀਆਂ ਹੋ ਜਾਣ ਸੁੱਖ ਹੋਵੇ ਦੁੱਖ ਹੋਵੇ ਤੂੰ ਸੀ ਮੇਰੇ ਨਾਲ ਯਾਰਾ ਆਪਣੀ ਯਾਰੀ ਨੂੰ ਦੇਖ ਹੋਗੇ ਕਿੰਨੇ ਸਾਲ ਯਾਰਾ ਕਿੰਨੀ ਹੈ ਕਮਾਲ ਯਾਰਾ ਰੱਬ ਦੀ ਕਮਾਲ ਯਾਰਾ ਤੂੰ ਵੀ ਮੇਰੇ ਨਾਲ ਯਾਰਾ ਕੋਈ ਤੇਰੇ ਜਿਹਾ ਪਿਆਰ ਨਾ ਮਿਲੇ ਹੋ ਮੈਨੂੰ ਤੇਰੇ ਜਿਹਾ ਯਾਰ ਨਾ ਮਿਲੇ ਕੋਈ ਤੇਰੇ ਜਿਹਾ ਪਿਆਰ ਨਾ ਮਿਲੇ ਮੈਨੂੰ ਤੇਰੇ ਜਿਹਾ ਯਾਰ ਨਾ ਮਿਲੇ ਯਾਰੀ ਦੋਸਤੀ ਬਾਰੇ ਤੁਹਾਡੇ ਕੀ ਥੌਟਸ ਹੈਗੇ ਹੈਗੇ ਪੱਕੇ ਯਾਰ ਉਹਨੇ ਇੱਕ ਹੀ ਆ ਜੀ ਇੱਕ ਹੀ ਆ ਜੋ ਪੱਕਾ ਮੇਰੇ ਦਿਲ ਚ ਹੈਗੀ ਹੈ ਇਹ ਮੇਰਾ ਪੱਕਾ ਯਾਰ ਆ ਜਿਹੜਾ ਮੈਨੂੰ ਨਿਊਜ਼ੀਲੈਂਡ ਮਿਲਿਆ ਆਕਾਸ਼ ਰਾਣਾ ਮੇਰਾ ਦੋਸਤ ਹੈ ਮੇਰੇ ਨਾਲ ਰੀਲਾਂ ਚ ਵੀ ਹੁੰਦਾ ਕਾਫੀ ਵਾਰੀ ਸੋ ਉਹ ਇੱਕ ਯਾਰ ਇਦਾਂ ਦਾ ਮਿਲਿਆ ਕਿ ਜਿੰਨੇ ਸਾਨੂੰ ਹੋਗੇ 3-4 ਸਾਲ ਜੁੜੇ ਨੂੰ ਜਿਹੜੇ ਬੰਦੇ ਮੈਨੂੰ ਆਲਵੇਸ ਪੁਸ਼ ਕੀਤਾ ਓਕੇ ਉਹ ਬੰਦੇ ਨੇ ਹਰ ਵਾਰ ਮੈਨੂੰ ਫੋਨ ਲਾ ਕੇ ਗਾਲਾਂ ਹੀ ਕਢਦੀਆਂ ਉਹਨੇ ਨੇ ਕਰ ਲਾ ਕੁਛ ਬਿੱਲੇ ਬੱਚਾ ਰੀਲੀ ਬਣਾ ਲਾ ਕੁਛ ਪਾਲਾ ਨਹੀਂ ਤੇ ਆ ਚੁੱਕੇ ਉਹ ਇਹਨਾਂ ਸੋਚਦੇ ਹੋ ਹੈਨਾ ਹਾਂ ਉਹਨੇ ਹੁਣ ਵੀ ਇੱਥੇ ਆਉਣਾ ਸੀ ਉਹ ਮੈਨੂੰ ਕਹਿੰਦਾ ਸੀ ਮੇਰੀ ਟਿਕਟ ਕਰਾ ਮੈਂ ਵੀ ਨਾਲ ਚੱਲਦਾ ਮੈਂ ਕੋਈ ਨਹੀਂ ਹੁਣ ਉਹ ਹੁਣ ਵੀ ਉਹ ਸ਼ਾਇਦ ਆਊਗਾ ਨੈਕਸਟ ਮੰਥ ਉਹ ਵੀ ਹੁਣ ਗਾਉਣ ਲੱਗ ਗਿਆ ਅੱਛਾ ਹਾਂ ਕਿਉਂਕਿ ਉਹ ਵੀ ਇਸ ਇੰਡਸਟਰੀ ਦੇ ਵਿੱਚ ਐਜ਼ ਅ ਮਾਡਲ ਆਉਣਾ ਚਾਹੁੰਦਾ ਸੀ ਬਟ ਆਈ ਥਿੰਕ ਅੱਜਕੱਲ ਸਿੰਗਰ ਹੀ ਮਾਡਲ ਨੇ ਸਾਰਾ ਕੁਝ ਇੱਦਾਂ ਹੀ ਚੱਲ ਰਿਹਾ ਹੈ ਸਿੰਗਰ ਹੀ ਐਕਟਰ ਨੇ ਸਿੰਗਰ ਸਭ ਕੋਈ ਆਈ ਥਿੰਕ ਇਹ ਜੀ ਫਾਲੋ ਲੋਕੀ ਹੁਣ ਕਰੀ ਜਾ ਰਹੇ ਆ ਕਿ ਹੁਣ ਟ੍ਰੈਂਡ ਬਣ ਗਿਆ ਹੈ ਚੀਜ਼ ਦਾ ਜੇ ਨਾ ਆਉਣਗੇ ਫੇਸ ਵੈਲ ਪਹਿਲਾਂ ਕੀ ਹੁੰਦਾ ਸੀ ਸਿੰਗਰ ਪਿੱਛੇ ਹੁੰਦਾ ਸੀ ਮਾਡਲ ਫਰੰਟ ਤੇ ਹੁੰਦੇ ਸੀ ਹੁਣ ਆਈ ਥਿੰਕ ਸਿਰਫ ਫੀਮੇਲ ਲੀਡ ਰਹਿ ਗਏ ਜਿਹੜੇ ਕਿ ਮੋਸਟ ਮਾਡਲ ਐਸ ਅ ਮਾਡਲ ਕੰਮ ਕਰ ਰਹੇ ਆ ਨਹੀਂ ਤੇ ਅਦਰਵਾਈਜ਼ ਮੇਲ ਤੇ ਸਿੰਗਰ ਹੀ ਹੈ ਜੀ ਫਰੰਟ ਪਰ ਮੈਨੂੰ ਲੱਗਦਾ ਉਹਨਾਂ ਉਸ ਟਾਈਮ ਤੇ ਉਹਨਾਂ ਸਿੰਗਰ ਨੂੰ ਨੁਕਸਾਨ ਵੀ ਹੋਇਆ ਠੀਕ ਹੈ ਕਿਉਂਕਿ ਲੋਕਾਂ ਨੂੰ ਸਿਰਫ ਤੁਹਾਡੀ ਆਵਾਜ਼ ਪਤਾ ਸੀਗੀ ਹੈਨਾ ਸਿੰਗਰ ਕੇ ਸਿੰਗਰ ਦਾ ਫੇਸ ਕਿਵੇਂ ਦਾ ਹੈ ਜਾਂ ਸਿੰਗਰ ਕੌਣ ਹੈ ਬਾਈ ਫੇਸ ਤਾਂ ਕੋਈ ਜਾਣਦਾ ਹੀ ਨਹੀਂ 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 ਜੀ ਹੁੰਦਾ ਸੀ ਪਹਿਲਾਂ ਉਹ ਥੋੜਾ ਪਹਾੜੀਆਂ ਦੇ ਖੜਾ ਕਰ ਦਿੰਦੇ ਦਿੰਦੇ ਸੀ ਥੋੜਾ ਬਹੁਤ ਹੀ ਹੁੰਦਾ ਸੀ ਪਰ ਆਦੋ ਵੀ ਲੋਕੀ ਕੰਫਿਊਜ਼ ਹੁੰਦੇ ਯਾਰ ਇਹ ਜਿਹੜਾ ਇਦਾਂ ਕਰ ਰਿਹਾ ਉਹ ਸਿੰਗਰ ਹੈ ਹੈ ਨਾ ਇਹ ਤਾਂ ਕੌਣ ਜ਼ਿਆਦਾ ਕੌਣ ਦੇਖ ਰਿਹਾ ਹੈ ਬਟੇ ਫਿਰ ਵੀ ਮੈਂ ਵੇਖਿਆ ਕਿ ਪਹਿਲੇ ਇਹ ਹੁੰਦਾ ਸੀ ਕਿ ਫੀਮੇਲ ਜਿਹੜੀ ਵੋਕਲਿਸਟ ਹੈਗੀਆਂ ਉਹਨਾਂ ਬਾਰੇ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਇਹ ਤਾਂ ਮਿਸ ਪੂਜਾ ਹੁਣੀ ਆਏ ਜਿਹੜੇ ਹੈ ਨਾ ਦੇਖਿਆ ਕਿ ਲੋਕ ਫਰੰਟ ਤੇ ਆਏ ਅਦਰਵਾਇਸ ਤੇ ਮਾਡਲ ਜੀ ਖੜੀਆਂ ਹੁੰਦੀਆਂ ਸੀ ਮੇਲ ਜਿਹੜੇ ਸਿੰਗਰ ਸੀ ਉਹ ਤਾਂ ਫਿਰ ਦਿਖ ਜਾਂਦੇ ਹੁੰਦੇ ਸੀ ਇੱਕ ਅਦੇ ਸਿੰਕ ਦੇ ਵਿੱਚ ਫੀਮੇਲਸ ਨਹੀਂ ਲਿਖਦੀਆਂ ਹੁੰਦੀਆਂ ਸੀਗੀਆਂ ਇਸੇ ਚੀਜ਼ ਨੂੰ ਲੈ ਕੇ ਹੁਣ ਅਸੀਂ ਕੱਲ ਪਰਸੋਂ ਵੀ ਡਿਸਕਸ ਕਰ ਰਹੇ ਸੀ ਕਿ ਅੱਜ ਕੱਲ ਵੀਡੀਓ ਦਾ ਟ੍ਰੈਂਡ ਘਟ ਰਿਹਾ ਹੈ ਲੋਕ ਥੋੜੇ ਤੇਜ਼ ਹੋ ਗਏ ਆ ਕਿ ਰੀਲਸ ਦੇਖਦੇ ਆ 1 ਸੈਕਿੰਡ ਕੰਟੈਂਟ ਦੇਖਿਆ ਚਲੋ ਨੈਕਸਟ 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 ਲੋਕਾਂ ਦਾ ਹੁਣ ਹੋ ਗਿਆ ਕਿ ਪੂਰੀ ਵੀਡੀਓ ਨਹੀਂ ਦੇਖਦਾ ਕੋਈ ਵੀ ਜਾਂ ਤੇ ਬਹੁਤ ਡਿਫਰੈਂਟ ਬਣੀ ਹੋਵੇ ਸ਼ਾਇਦ ਕੋਈ ਦੇਖ ਲੈਣ ਤੱਕ ਨਹੀਂ ਤੇ ਵੀਡੀਓ ਵਾਲਾ ਟ੍ਰੈਂਡ ਹੁਣ ਖਤਮ ਹੋ ਰਿਹਾ ਈਵਨ ਮੈਂ ਵੀ ਕਈ ਕੰਪਨੀਆਂ 'ਚ ਬੈਠਾ ਹੁਣ ਤੇ ਕੰਪਨੀਆਂ ਵਾਲੇ ਇਹ ਕਹਿੰਦੇ ਕਿ ਨਹੀਂ ਯਾਰ ਆਡੀਓ ਵੱਡਾ ਕਰਦੇ ਆ ਵੀਡੀਓ ਤਾਂ ਰਹਿਣ ਦਿੰਦੇ ਆ ਅੱਛਾ ਸੋ ਇਹ ਚੀਜ਼ਾਂ ਮੈਂ ਕਾਫੀ ਸੁਣ ਕੇ ਹੈਰਾਨ ਸੀ ਵੀ ਇੱਥੇ ਕਿਉਂਕਿ ਕੋਈ ਕਹ ਰਿਹਾ ਕਿ YouTube 'ਤੇ ਪਹਿਲੀ ਗੱਲ ਤਾਂ ਫੇਕ ਵਿਊ ਲੋਕਾਂ ਨੇ ਬਹੁਤ ਕਰਾਇਆ ਤੇ ਤੇ ਬਾਕੀ OTT ਵੀ ਚੱਲ ਪਿਆ ਹੁਣ ਲੋਕੀ ਹੁਣ ਜਿਆਦਾ ਵੀਡੀਓਜ਼ ਨੂੰ ਛੱਡ ਕੇ ਆਡੀਓ ਤੇ ਫੋਕਸ ਕਰਨ ਲੱਗ ਪਏ ਬੜੋਸ ਨਾਲ ਨੁਕਸਾਨ ਸਿੰਗਰ ਨੂੰ ਵੀ ਹੋਊਗਾ ਜਿਹੜਾ ਲਿਖ ਰਿਹਾ ਉਹਦੇ ਨੂੰ ਵੀ ਹੋਊਗਾ ਕਿਉਂਕਿ ਕਿਤੇ ਨਾ ਕਿਤੇ ਹਰ ਪਾਰਟ ਹੁਣ ਤੁਸੀਂ ਦੇਖੋ ਫਿਲਮ ਇੰਡਸਟਰੀ ਸਾਰੀ ਵੀਡੀਓ ਲਾਈਨ ਆ ਜੀ ਜੇ YouTube ਤੇ ਚੀਜ਼ ਆਪਾਂ ਸ਼ੋਅ ਨਹੀਂ ਕਰ ਰਹੇ ਦੈਟ ਮੀਨਸ ਹਰ ਬੰਦੇ ਦੀ ਫੇਸ ਵੈਲਿਊ ਘਟ ਰਹੀ ਹੈ ਸੋ ਜਦੋਂ ਫੇਸ ਹੀ ਨਾ ਦਿਖਿਆ ਆ ਜਿਹੜੇ ਫੋਟੋ ਕਰਾ ਰਹੇ ਕਿਸੇ ਨੇ ਨਹੀਂ ਕਰਾਉਣੀ ਗਾਣੇ ਸੁਣ ਕੇ ਪਤਾ ਹੀ ਨਹੀਂ ਹੁੰਦਾ ਕਿ ਇਹਨੂੰ ਕਿ ਕੌਣ ਆਇਆ ਹੈ ਨਾ ਹਾਂ ਇਹ ਆਊਗਾ ਟਾਈਮ ਲੱਗ ਰਿਹਾ ਇਦਾਂ ਦਾ ਹੋਊਗਾ ਦੁਬਾਰਾ ਆਊਗਾ ਕਿਉਂਕਿ ਪਹਿਲਾਂ ਵੀ ਮੈਨੂੰ ਲੱਗਾ 10 ਸਾਲ ਪਹਿਲਾਂ ਅੱਜ ਤੋਂ ਪਹਿਲਾਂ ਹੈ ਨਾ ਕਿ ਲੋਕਾਂ ਦੇ ਵਿਚਾਲੇ ਗਾਣਾ ਬਹੁਤ ਫੇਮਸ ਸੀਗਾ ਬਟ ਉਹਨਾਂ ਨੂੰ ਪਤਾ ਨਹੀਂ ਹੁੰਦਾ ਸੀ ਕਿ ਸਿੰਗਰ ਕੌਣ ਹੈ ਕਈ ਵਾਰ ਸਿੰਗਰ ਸਾਹਮਣੇ ਵੀ ਬੈਠਾ ਹੁੰਦਾ ਸੀ ਸਿੰਗਰ ਵੀ ਜਰਾ ਕਰਦਾ ਰਹਿੰਦਾ ਸੀ ਯਾਰ ਆ ਮੇਰਾ ਗੀਤ ਆ ਯਾਰ ਨਾ ਮੈਂ ਮੈਂ ਗਾਇਆ ਪਰ ਲੋਕੀ ਨਹੀਂ ਜਾਣਦੇ ਹੁੰਦੇ ਸੀਗੇ ਪਹਿਲੇ ਹੁੰਦੇ ਸੀ ਦੇਖ ਲੋ ਪਹਿਲੇ 3-3 ਘੰਟੇ ਦੀ ਫਿਲਮਾਂ ਹੁੰਦੀਆਂ ਸੀਗੀਆਂ ਹੈਨਾ ਲੋਕੀ ਵੇਖਦੇ ਹੁੰਦੇ ਸੀ ਪੇਸ਼ੈਂਸ ਰੱਖ ਕੇ ਵੇਖਦੇ ਸੀ ਤੇ ਅੱਜ ਕੱਲ ਡੇਢ ਘੰਟੇ ਦੀ ਫਿਲਮ ਵੇਖਣੀ ਪਾਉ ਹਾਂ ਉੱਚ ਵੀ ਸੋ ਜਾਂਦੇ ਹਾਂ ਉਹੱਚ ਵੀ ਸੋ ਜਾਂਦੇ ਸਹੀ ਗੱਲ ਹੈ ਸੋ ਬਹੁਤ ਚੇਂਜ ਹੋ ਗਿਆ ਇੰਡਸਟਰੀ ਦੇ ਵਿੱਚ ਫਾਸਟ ਹੋ ਗਏ ਸਰ ਤੁਸੀਂ ਮੁੰਬਈ ਗਏ ਉਹ ਉਹ ਐਕਸਪੀਰੀਅੰਸ ਕਿਵੇਂ ਦਾ ਦੱਸੋ ਸ਼ੇਅਰ ਕਰੋ ਪਹਿਲੀ ਵਾਰ ਮੁੰਬਈ ਗਰਮੀ ਬਹੁਤ ਆ ਉੱਥੇ ਵੈਦਰ ਹੁੰਦਾ ਦਿੰਦਾ ਨਹੀਂ ਜਾਂ ਮੀਂਹ ਬੜਾ ਹਿਊਮਿਡ ਜਾ ਥੋੜਾ ਉੱਥੇ ਬਟ ਹਾਂ ਉਦਾਂ ਲਾਈਕ ਉਹ ਸਾਰੇ ਸਟੇਟਸ ਨਾਲੋਂ ਆਪਣੇ ਫਾਸਟ ਆ ਜਿਤ ਤੱਕ ਮੈਂ ਦੇਖਿਆ इवन ਆਟੋ ਵਾਲ ਤੇ ਤੁਹਾਡੇ ਗੱਡੀਆਂ ਦੇ ਵੀ ਫਾਸਟ ਹੈ ਬਟ ਟ੍ਰੈਫਿਕ ਵੀ ਬਹੁਤ ਆ ਬਟ ਹਾਂ ਇੰਡਸਟਰੀ ਲਾਈਨ 'ਚ ਜਦੋਂ ਮੈਂ ਉੱਥੇ ਗਿਆ ਤੇ ਆਈ ਥਿੰਕ ਉਹ ਪੰਜਾਬ ਨੂੰ ਐਡਵਾਂਸ ਜ਼ਰੂਰ ਆ ਬਟ ਵੀਡੀਓ ਲਾਈਨ ਨੂੰ ਲੈ ਕੇ 뮤직 ਵਾਈਜ਼ ਪੰਜਾਬ ਬਹੁਤ ਅੱਗੇ ਆ ਹੂੰ ਜੋ 뮤직 ਦਾ ਜੋ ਟੇਸਟ ਹੈ ਪੰਜਾਬ ਦਾ ਪੰਜਾਬ ਦੇ ਰਿਹਾ ਉਹ ਹਜੇ ਤੱਕ ਮੈਨੂੰ ਲੱਗਦਾ ਜਾਂ ਤੇ ਹਰਿਆਣੇ ਵਾਲੇ ਵੀ ਵਧੀਆ ਕਰਨ ਲੱਗੇ ਬਟ ਜਿਹੜਾ ਬਾਲੀਵੁੱਡ 'ਚ ਜਾ ਰਿਹਾ ਵਾ ਆਪਣਾ ਕੰਟੈਂਟ ਉਹ ਪੰਜਾਬੀ ਕੰਟੈਂਟ ਜ਼ਿਆਦਾ ਉੱਠ ਰਿਹਾ ਤੁਸੀਂ ਦਿਲਜੀਤ ਭਾਈ ਤੋਂ ਐਗਜ਼ਾਮਪਲ ਲੈ ਲਓ ਹਾਂ ਬਿਲਕੁਲ ਤੇ ਦਿਲਜੀਤ ਭਾਈ ਤੋਂ ਉੱਪਰ ਹੁਣ ਕੌਣ ਹੈ ਇਸੇ ਇੰਡਸਟਰੀ 'ਚ ਮੇਰੇ ਘਰ ਨਾਲ ਕੋਈ ਵੀ ਇ ਦੇ ਜੀਦੂ ਆਈ ਟੌਪਰ ਨਹੀਂ ਹੈਗਾ ਇੱਕੋ ਬੰਦਾ ਸੀ ਜੋ ਅਸੀਂ ਸੋਚਦੇ ਸੀ ਸਿੱਧੂ ਮੂਸੇ ਵਾਲਾ ਬਸ ਪਰ ਉਹ ਹੁਣ ਚਲੋ ਸਾਡੇ ਵਿੱਚ ਨਹੀਂ ਨੇ ਭਾਈ ਪਰ ਦਲਜੀਤ ਭਾਈ ਇਸ ਟਾਈਮ ਟੌਪ ਤੇ ਆ ਕਦੀ ਕਿਸੇ ਆਰਟਿਸਟ ਨੂੰ ਮਿਲੇ ਹੋਣ ਇੱਥੇ ਆ ਕੇ ਜਾਂ ਬਾਹਰ ਕਦੀ ਮੁਲਾਕਾਤ ਹੋਈ ਹਾਂਜੀ ਇੱਥੇ ਮੈਂ ਕਾਫੀ ਇੱਕ ਤੇ ਹੁਣੇ ਰੀਸੈਂਟਲੀ ਮੈਂ ਭਾਈ ਨੂੰ ਮਿਲ ਕੇ ਆਇਆ ਪਾਰਸ਼ਕਤੀ ਖੁਰਾਨਾ ਓਕੇ ਬਾਲੀਵੁੱਡ ਹਾਂਜੀ ਉਹਦੇ ਕਿਹੜੇ ਆਇਸ਼ਮਾਨ ਖੁਰਾਨਾ ਹਾਂਜੀ ਉਹਨਾਂ ਨੂੰ ਮਿਲਿਆ ਤੇ ਫਿਰ ਇੱਥੇ ਮੈਂ ਰੀਸੈਂਟਲੀ ਮੈਡਲ ਗਾਣਾ ਜਿਹਨਾਂ ਦਾ ਹੋਇਆ ਚੰਦਰ ਬਰਾੜ ਚੰਦਰ ਬਰਾੜ ਹਾਂ ਉਹਨਾਂ ਨੂੰ ਮਿਲੇ ਆ ਹੋਰ ਵੀ ਕਾਫੀ ਆਰਟਿਸਟ ਮਿਲੇ ਆ ਕਾਫੀ ਜੰਡੂ ਉਹਨਾਂ ਨੂੰ ਮਿਲੇ ਦੀਪ ਜੰਡੂ ਭਾਈ ਨੂੰ ਮਿਲੇ ਕੀ ਆ ਰਿਹਾ ਪ੍ਰੋਜੈਕਟ ਮਤਲਬ ਕਦੋਂ ਤੱਕ ਆ ਰਿਹਾ ਉਹ ਤਾਂ ਸਰਪ੍ਰਾਈਜ਼ ਹੀ ਆ ਜੀ ਅੱਜ ਸਰਪ੍ਰਾਈਜ਼ ਹਾਂ ਭਾਈ ਜੀ ਨਾਲ ਆ ਜਰੂਰ ਰਿਹਾ ਪਰ ਉਹ ਅਸੀਂ ਇੱਕ ਸਰਪ੍ਰਾਈਜ਼ ਰੱਖਿਆ ਕਿ ਅਸੀਂ ਕਿਹੜਾ ਕੰਟੈਂਟ ਕਿਦਾਂ ਦਾ ਲੈ ਕੇ ਆ ਰਹੇ ਹਾਂ ਕੁਝ ਡਿਫਰੈਂਟ ਕਿਉਂਕਿ ਭਾਈ ਦਾ ਜੋ ਮੈ ਸਿਸਟਮ ਦੇਖਿਆ ਤੇ ਕੰਮ ਕਰਨ ਦਾ ਬਾਕੀ ਸਾਰੇ 뮤직 ਵੀਡੀਓਸ ਨਾਲੋਂ ਡਿਫਰੈਂਟ ਲੱਗਾ ਭਾਈ ਨੇ ਮੇਰੇ ਤੋਂ ਇੱਕ ਨਹੀਂ 20-25 ਗਾਣੇ ਸੁਣੇ ਅੱਛਾ ਭਾਈ ਨੇ ਖੁਦ ਚੂਜ਼ ਕੀਤੇ ਤੇ ਭਾਈ ਦਾ ਟੇਸ ਡਿਫਰੈਂਟ ਸੀ ਜੋ ਮੈਨੂੰ ਵਧੀਆ ਲੱਗਾ ਤੂੰ ਵੀ ਮੈਨੂੰ ਖੁਦ ਨੂੰ ਚੀਜ਼ ਵਧੀਆ ਲੱਗੀ ਕਿ ਇੱਕ ਬੰਦਾ ਮੈਨੂੰ ਪੂਰਾ ਸੁਣ ਰਿਹਾ ਫਿਰ ਉਹਨੇ ਉਸ ਚ ਚੂਜ਼ ਕੀਤਾ ਕਿ ਮੇਰੇ ਵੋਕਲ ਨਾਲ ਕਿਹੜੀ ਚੀਜ਼ ਵਧੀਆ ਲੱਗ ਰਹੀ ਹੈ ਓਕੇ ਹਾਂ ਸੋ ਉਹਨਾਂ ਦਾ ਸਟਾਈਲ ਕਰਨ ਦਾ ਮੈਨੂੰ ਕੰਮ ਕਰਨ ਦਾ ਬਹੁਤ ਵਧੀਆ ਲੱਗਾ ਅਲੱਗ ਹੈ ਡਿਫਰੈਂਟ ਹੈ ਹੈਨਾ ਤੁਹਾਡੇ ਕੁਝ ਹੈਗੇ ਨੇ ਅੱਛਾ ਤੁਸੀਂ ਜਿੱਦਾਂ ਇਹਨਾਂ ਆਰਟਿਸਟਾਂ ਨੂੰ ਮਿਲੇ ਹੈਨਾ ਬਹੁਤ ਲੋਕਾਂ ਨੇ ਤੁਹਾਡੇ ਗਾਣੇ ਨੂੰ ਐਪਰੀਸ਼ੀਏਟ ਵੀ ਕੀਤਾ ਆਪਾਂ ਫੇਰ ਮਿਲਾਂਗੇ ਨੋ ਯਮ ਆਏ ਵਾਲੇ ਗੀਤ ਨੂੰ ਵੀ ਬਹੁਤ ਲੋਕਾਂ ਨੇ ਪਿਆਰ ਦਿੱਤਾ ਸੀਗਾ ਅ ਬਟ ਗੱਲ ਹੁੰਦੀ ਹੈ ਇੰਡਸਟਰੀ ਦੇ ਬੰਦਿਆਂ ਦੇ ਨਾਲ ਮੈਸੇਜਸ ਤੇ ਜਾਂ ਕਨੈਕਟ ਹੋਉਗੇ ਤੇ ਆਲਮੋਸਟ ਹਰ ਬੰਦੇ ਨਾਲ ਹੋ ਰਹੀ ਹੈ ਹੁਣ ਕਿਉਂਕਿ ਕਾਫੀ ਪੰਜਾਬ ਦੇ ਵੀ ਵੱਡੇ ਆਰਟਿਸਟ ਮੈਨੂੰ ਫੋਲੋ ਕਰਨਾ ਸ਼ੁਰੂ ਕੀਤਾ ਉਹਨਾਂ ਨੇ ਤੇ ਹੁਣ ਗੱਲਬਾਤ ਥੋੜੀ-ਬੋਧੀ ਹੁੰਦੀ ਰਹਿੰਦੀ ਹੈ ਪਰ ਇਹ ਵੀ ਹੈ ਕਿ ਕਿਤੇ ਨਾ ਕਿਤੇ ਮੈਨੂੰ ਵੀ ਹੁੰਦਾ ਕਿ ਕਿਸੇ ਨੂੰ ਇਹ ਨਾ ਲੱਗੇ ਕਿ ਸ਼ਾਇਦ ਮੇਰੇ ਤੋਂ ਕੋਈ ਫੇਵਰ ਲੈਣਾ ਚਾਹੁੰਦਾ ਜਾਂ ਮੇਰੇ ਤੋਂ ਕੋਈ ਲੈਣਾ ਚਾਹੁੰਦਾ ਫੇਵਰ ਤੇ ਮੇਰੇ ਤੋਂ ਨਾ ਜੋ ਉਸ ਟਾਈਮ ਨਾ ਨਾ ਕਰ ਸਕਾਂ ਵੀ ਹਾਂ ਨਾ ਕਰ ਸਕਾਂ ਕਿ ਇਦਾਂ ਦੀਆਂ ਚੀਜ਼ਾਂ ਲੈ ਕੇ ਥੋੜਾ ਮੈਂ ਸਿਕਿਓਰ ਚੱਲਦਾ ਕਿਉਂਕਿ ਬਾਰ ਵੀ ਸਾਡੇ ਲਿੰਕ ਬਹੁਤ ਨੇ ਮੈਂ ਹੁਣ ਜਿਹੜਾ ਕੰਮ ਕਰਦਾ ਸੀ ਫਿਲਮਿੰਗ ਫੋਟੋਗ੍ਰਾਫੀ ਤਾਂ ਮੇਰੇ ਮੇਰੇ ਕਹਿੰਦਾ ਆਲਮੋਸਟ ਨਿਊਜ਼ੀਲੈਂਡ ਚ ਆਪਣੀ ਕਮਿਊਨਿਟੀ ਚ ਹਰ ਬੰਦੇ ਨਾਲ ਮੇਰੇ ਲਿੰਕ ਨੇ ਹਰ ਬੰਦੇ ਨਾਲ ਮੇਰੀ ਬੋਲਚਾਲ ਪਰ ਅਸੀਂ ਕਦੀ ਕਿਸੇ ਨੇ ਯੂਜ਼ ਨਹੀਂ ਕੀਤਾ ਸੋ ਉਹੀ ਚੀਜ਼ ਮੈਂ ਸੇਮ ਫੰਡਾ ਇੱਥੇ ਲੈ ਕੇ ਚੱਲ ਰਿਹਾ ਕਿ ਮੈਂ ਕਿਸੇ ਤੋਂ ਫੇਵਰ ਨਹੀਂ ਲੈਣਾ ਆਪਣੇ ਫੇਰ ਆਪਣੇ ਦਮ ਤੇ ਜੋ ਕਰ ਸਕਦਾ ਮੈਂ ਕਰੂੰਗਾ ਇਹ ਚੀਜ਼ਾਂ ਰਹਿੰਦੀਆਂ ਦਿਮਗ ਦੇ ਵਿੱਚੀਆਂ ਕਿ ਹਨਾ ਕਿੰਨਾ ਫਾਇਦਾ ਚੱਕੋ ਨਾ ਚੱਕਣ ਦਵੋ ਹੈ ਕਿਉਂਕਿ ਅੱਜ ਮੈਂ ਕਿਸੇ ਦਾ ਫੇਵਰ ਲਊਗਾ ਉਹ ਮੇਰ ਤੋਂ 100 ਚੀਜ਼ਾਂ ਕਹੂਗਾ ਤੇ ਫਿਰ ਜੇ ਮੇਰ ਤੋਂ ਨਾ ਹੋ ਗਈ ਉਹ ਫਿਰ ਅਗਲਾ ਬੰਦਾ ਕੋ ਯਾਰ ਮੈਂ ਤੇਰੇ ਵਰੀਏ ਕੀਤੀ ਚੀਜ਼ਾਂ ਹੋਈਆਂ ਤੁਹਾਡੇ ਨਾਲ ਇਦਾਂ ਤਾਂ ਥੋੜਾ ਕੌਨਸ਼ੀਅਸ ਹੋ ਗਿਆ ਨਾ ਚੀਜ਼ਾਂ ਨੂੰ ਲੈ ਕੇ ਹਾਂਜੀ ਮੈਂ ਕਾਫੀ ਬੰਦਿਆਂ ਦੀ ਇੱਥੇ ਹੈਲਪ ਕੀਤੀ ਨਿਊਜ਼ੀਲੈਂਡ 'ਚ ਈਵਨ ਐਜ਼ ਅ ਆਰਟਿਸਟ ਵੀ ਮੇਰੇ ਨਾਲ ਟੀਮ ਸੀ ਇੱਕ ਪਹਿਲਾਂ ਉਹਨਾਂ ਨੂੰ ਵੀ ਮੈਂ ਕਾਫੀ ਸਪੋਰਟ ਕੀਤੀ ਸੀ ਬੜੇ ਫੇਵਰ ਦੇ ਵਿੱਚ ਕੁਝ ਹੋਰ ਹੀ ਮਿਲਿਆ ਸੋ ਉਸ ਚੀਜ਼ ਨੂੰ ਲੈ ਕੇ ਥੋੜਾ ਸਿਕਿਉਰ ਚੱ ਨਾ ਕਿਸੇ ਤੋਂ ਫਿਰ ਆਪਾਂ ਸੋਚੀਏ ਵੀ ਉਹ ਸਾਡੀ ਕਰੇ ਫਿਰ ਬੈਟਰ ਹੈ ਕਿ ਆਪਣੇ ਪੈਰਾਂ ਤੇ ਹੀ ਕਰੋ ਜੋ ਵੀ ਕਰਨਾ ਜਦੋਂ ਅਸੀਂ ਪੰਜਾਬ ਦੇ ਵਿੱਚ ਇਹਨੇ ਸਾਰੇ ਆਰਟਿਸਟ ਵੇਖਦੇ ਆ ਅਸੀਂ ਮਤਲਬ ਬਹੁਤ ਲੋਕਾਂ ਦੀ ਇਨਸਿਕਿਉਰਟੀਆਂ ਵੀ ਵੱਧੀਆਂ ਹੁੰਦੀਆਂ ਜਿੱਦਾਂ ਜਿੱਦਾਂ ਕੰਮ ਜ਼ਿਆਦਾ ਵੱਧਦਾ ਹੈ ਤੇ ਲੋਕ ਜ਼ਿਆਦਾ ਆਉਂਦੇ ਆ ਬਾਹਰ ਇਦਾਂ ਦਾ ਮਾਹੌਲ ਹੈ ਇਨਸਿਕਿਉਰਟੀਆਂ ਹੈਗੀਆਂ ਲੋਕਾਂ ਨੂੰ ਆਪਸ ਦੇ ਵਿੱਚ ਹਾਂ ਬਾਹਰ ਵੀ ਕੰਪੀਟੀਸ਼ਨ ਤੇ ਦੇਖੋ ਸਾਰੇ ਵਸੇ ਹੀ ਆ ਜੀ ਹੁਣ ਜਿੱਦਾਂ ਫਿਲਮਿੰਗ ਫੋਟੋਗ੍ਰਾਫੀ ਜਾਂ ਤੁਸੀਂ ਕੈਫੇ ਲਾਈਨ ਚ ਦੇਖ ਲਓ ਹਰ ਜਗ੍ਹਾ ਕੰਪੀਟੀਸ਼ਨ ਆ ਸੋ ਕੰਪੀਟੀਸ਼ਨ ਤੁਹਾਨੂੰ ਪਹਿਲੀ ਗੱਲ ਤੇ ਇਹ ਸਮਝਉਂਦਾ ਕਿ ਤੁਸੀਂ ਵਧਣਾ ਹੈ ਘਟਣਾ ਨਹੀਂ ਠੀਕ ਹੈ ਜਿਹੜਾ ਬੰਦਾ ਇਹ ਸੋਚ ਗਿਆ ਕਿ ਉਹ ਯਾਰ ਮੇਰੇ ਤੋਂ ਉੱਪਰ ਜਾ ਰਿਹਾ ਫਿਰ ਉਹ ਬੰਦਾ ਉਹਦੇ ਤੋਂ ਉੱਪਰ ਨਹੀਂ ਜਾ ਸਕਦਾ ਕਿਉਂਕਿ ਜੇ ਉਹ ਕੰਪੀਟੀਸ਼ਨ ਲੈ ਕੇ ਚੱਲ ਗਿਆ ਕਿਉਂਕਿ ਜੇ ਕੰਪੀਟੀਸ਼ਨ ਲੈ ਕੇ ਜਾ ਰਿਹਾ ਉਹ ਆਲਰੇਡੀ ਐਡਵਾਂਸ ਚੱਲ ਰਿਹਾ ਉਹ ਬੰਦਾ ਉਹਨੂੰ ਥੱਲੇ ਸੁੱਟਣ ਦੀ ਟਰਾਈ ਕਰਨ ਦੇ ਚੱਕਰਾਂ ਇਹ ਰਹਿੰਦਾ ਬੈਟਰ ਇਹ ਹੁੰਦਾ ਕਿ ਜੇ ਤੁਸੀਂ ਕੋਈ ਕਰ ਰਿਹਾ ਨਾ ਉਹਨੂੰ ਅਪਰੀਸ਼ੀਏਟ ਕਰੋ ਉਹਨੂੰ ਫਾਲੋ ਕਰੋ ਕਿ ਉਹ ਕਿਹੜੇ ਸਿਸਟਮ ਤੇ ਜਾ ਰਿਹਾ ਉਹ ਕਿਉਂ ਇਦਾਂ ਇੰਨਾ ਇੰਨਾ ਲੈਵਲ ਉਹਦਾ ਕਿਉਂ ਜਾ ਰਿਹਾ ਤੁਸੀਂ ਫਾਲੋ ਕਰੋ ਤੁਸੀਂ ਉਹਨੂੰ ਇਕੁ ਜੇ ਤੁਸੀਂ ਬਰਾਬਰ ਇਵਨ ਉਹਦੀ ਹੈਲਪ ਲੋ ਤੁਹਾਨੂੰ ਮੈਨੂੰ ਨਹੀਂ ਲੱਗਦਾ ਕਿ ਜੇ ਕਿਸੇ ਤੋਂ ਤੁਸੀਂ ਇਸ ਚੀਜ਼ ਦੀ ਹੈਲਪ ਪੁੱਛੋਗੇ ਨਾ ਵੀ ਬਾਈ ਤੁਸੀਂ ਐ ਕੀਤਾ ਕਿਦਾਂ ਕੀਤਾ ਜੇਦੇ ਉਹ ਬੰਦਾ ਤੁਹਾਡੀ ਹੈਲਪ ਕਰਨ ਵਾਲਾ ਹੈ ਜੋ ਪੋਜ਼ਿਟਿਵ ਮਾਈਂਡ ਵਾਲਾ ਹੈ ਉਹ ਤੁਹਾਡੀ ਸਪੋਰਟ ਕਰੂਗਾ ਮੇਰੇ ਤੋਂ ਅੱਜ ਤੱਕ ਕਾਫੀ ਬੰਦੇ ਨੇ ਫੋਟੋਗ੍ਰਾਫੀ ਫਿਲਮਿੰਗ ਦਾ ਕੰਮ ਸਿੱਖਿਆ ਮੈਂ ਆਲਵੇਸ ਸਪੋਰਟ ਕੀਤੀ ਮੈਂ ਪੈਸੇ ਵੀ ਨਹੀਂ ਲਏ ਕਦੀ ਠੀਕ ਹੈ ਇਵਨ ਮੈਂ ਹੁਣ ਕਈ ਮੇਰਾ ਇੱਕ ਮੇਰੇ ਵੀ ਸਰਕਲ 'ਚ ਹੈਗੇ ਜਿਹੜੇ ਫੋਟੋਗ੍ਰਾਫੀ ਆ ਉਹ ਕਹਿ ਦੇਣਗੇ ਯਾਰ ਉਹ ਪ੍ਰਾਈਸ ੁੱਟੀ ਜਾਂਦੇ ਆ ਉਹ ਮਾਰਕੀਟ ਡਾਊਨ ਕਰ ਰਹੇ ਆ ਤੁਮੈ ਕੋ ਐਗਜ਼ੈਂਪਲ ਦਿੰਨਾ ਕਿ ਜਦੋਂ ਅਸੀਂ ਆਏ ਸੀ ਅਸੀਂ ਵੀ ਇੱਕ ਉਹ ਪ੍ਰਾਈਸ ਤੋਂ ਸਟਾਰਟ ਕੀਤਾ ਸੀ ਜਿਹੜਾ ਸ਼ਾਇਦ ਕਿਸੇ ਨੂੰ ਚੁਪਦਾ ਹੋਊਗਾ ਕਿ ਇੰਨੇ ਡਾਊਨ ਤੇ ਸੋ ਸੇਮ ਚੀਜ਼ ਹਰ ਸਟੂਡੈਂਟ ਨੇ ਜਾਂ ਹਰ ਨਵੇਂ ਬੰਦੇ ਨੇ ਇੱਕ ਬੇਸਿਕ ਪ੍ਰਾਈਸ ਤੋਂ ਹੀ ਕੰਮ ਸ਼ੁਰੂ ਕਰਨਾ ਤਾਂ ਇਹਨੂੰ ਕੰਮ ਮਿਲੂਗਾ ਕੰਮ ਮਿਲੂਗਾ ਬਿਲਕੁਲ ਸੋ ਇਹ ਦੀ ਚੀਜ਼ ਤੇ ਇੱਕ ਨਾਰਮਲ ਜੀ ਚੀਜ਼ ਆ ਸੋ ਕੰਪੀਟੀਸ਼ਨ ਲੈ ਕੇ ਨਾ ਚੱਲੋ ਇਹ ਲੈ ਕੇ ਚੱਲੋ ਕਿ ਇੱਕ ਨਵਾਂ ਬੰਦਾ ਆਉਂਦਾ ਕਿਉਂਕਿ ਉਹਨੇ ਐਡਵਾਂਸ ਹੀ ਚੱਲਣਾ ਹੈ ਕਿਉਂਕਿ ਇੱਕ ਸਾਡੇ ਤੋਂ ਏਜ ਛੋਟੀ ਹੋਊਗੀ ਤੇ ਉਹ ਬੰਦਾ ਇੱਕ ਪਲੈਟਫਾਰਮ 'ਤੇ ਨਵੀਂ ਚੀਜ਼ ਲੈ ਕੇ ਆਊਗਾ ਜਿਹੜਾ ਕਿਉਂਕਿ ਉਹ ਐਡਵਾਂਸ ਟੂਲ ਯੂਜ਼ ਕਰ ਰਿਹਾ ਹਰ ਜਗ੍ਹਾ ਫੋਨ ਸਾਨੂੰ ਮਿਲੇ ਜਾ ਕੇ 12ਵੀਂ 12ਵੀਂ ਕਲਾਸ ਦੇ ਲਾਗੇ ਚੱਗੇ ਉਹ ਬੰਦਾ ਤੀਜੀ ਚੌਥੀ ਤੋਂ ਕਰ ਰਿਹਾ ਸੋ ਆਬਵੀਅਸਲੀ ਉਹ ਐਡਵਾਂਸ ਹੋਊਗਾ ਬਟ ਹਾਂ ਈਵਨ ਉਹਦੀ ਵੀ ਸਪੋਰਟ ਲੋ ਉਹਦੀ ਵੀ ਸਪੋਰਟ ਕਰੋ ਹੁਣ ਮੇਰੇ ਨਾਲ ਮੇਰੇ ਜਿੱਦਾਂ ਦਾ ਵੀਡੀਓਗ੍ਰਾਫੀ 'ਚ ਮੁੰਡੇ ਜੁੜੇ ਆ ਨਵੇਂ ਮੁੰਡੇ ਸਾਰੇ ਇਕਦੀਪ ਸਰਕਾਰੀਆ ਮੁੰਡਾ ਇੱਕ ਖਹਿਰਾ ਮੁੰਡਾ ਜਿੰਨੇ ਆਪਾਂ ਫੇਰ ਮਿਲਾਂਗੇ ਸ਼ੂਟ ਉਹਨੂੰ ਜਸਟ ਕੰਮ ਸਿੱਖਦੇ ਨੂੰ ਮਹੀਨਾ ਹੋਇਆ ਮੇਰ ਦਾ ਹਜੇ ਸਾਰਾ ਸ਼ੂਟ ਉਹਨੇ ਕੀਤਾ ਅੱਛਾ ਹਾਂ ਤੇ ਉਹਨੂੰ ਮੈਂ ਬਸ ਇਦਾਂ ਗਿਆ ਸੀ ਗਿੰਬਲ ਫੜ ਲਾ ਇਦਾਂ ਚੱਲਣਾ ਘੁਮਾ ਦੇ ਬਸ ਉਹ ਹੀ ਚੀਜ਼ ਹੈ ਵੀ ਉਹਨੂੰ ਜੇ ਮੈਂ ਫੇਵਰ ਦਿੱਤਾ ਉਹ ਮੇਰੇ ਲਈ ਹੀ ਬੈਨੀਫਿਟ ਹੋਇਆ ਤੇ ਉਹਨੂੰ ਮੇਰ ਨਾਲ ਕੰਮ ਕੀਤਾ ਹੁਣ ਉਹਨੂੰ ਕੰਮ ਮਿਲ ਰਿਹਾ ਉੱਥੇ ਬੈਕ ਟੂ ਬੈਕ ਸੋ ਜਿਹਦੇ ਲਈ ਮੈਨੂੰ ਵੀ ਹੁੰਦਾ ਹੈ ਕਿ ਚਲੋ ਐਟਲੀਸਟ ਆਪਣਾ ਬੰਦਾ ਸਟੈਂਡ ਹੋ ਰਿਹਾ ਕੱਲ ਨੂੰ ਮੈਨੂੰ ਲੋਡ ਪੈਂਦੀ ਹੈ ਪ੍ਰਾਇਓਰਟੀ ਤੇ ਮੈਨੂੰ ਲੈਂਦੇ ਆ ਤੇ ਮੈਨੂੰ ਨਾ ਨਹੀਂ ਕਰਦੇ ਮੈਨੂੰ ਕਹਿੰਦੇ ਚਲੋ ਆਗੇ ਮੈਨੂੰ ਤਾਂ ਇਹੋ ਲੱਗਦਾ ਕਿ ਜੇ ਕਿਸੇ ਦੀ ਤੁਹਾਨੂੰ ਇਹ ਜੀ ਪਰਖਣੀ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਕਿਹੜਾ ਬੰਦਾ ਕਿਦਾਂ ਦਾ ਫੀਲ ਕਰਾ ਰਿਹਾ ਕਿਉਂਕਿ ਵਾਈਬਸ ਹੁੰਦੀਆਂ ਇਹ ਬੰਦਾ ਸਹੀ ਹੈ ਇਹ ਹੁੰਦਾ ਗਲਤ ਬਾਕੀ ਅੱਗੇ ਰੱਬ ਰੱਖਾ ਹਾਂ ਬਿਲਕੁਲ ਆਪਣੀ ਥੋੜੀ ਜੀ ਕਹਿੰਦੇ ਨਾ ਕੈਲਕੂਲੇਸ਼ਨ ਜੀ ਲਾਣੀ ਜ਼ਰੂਰੀ ਹੁੰਦੀ ਹੈ ਹੈਨਾ ਆਪਣਾ ਤਾਂ ਤਜਰਬਾ ਜਿਹੜਾ ਥੋੜਾ ਜਿਹਾ ਵਰਤੋ ਤਾਂ ਕਿ ਅਬ ਤੁਸੀਂ ਆਪ ਤੁਹਾਨੂੰ ਹੀ ਨੁਕਸਾਨ ਹੋਣਾ ਹੈ ਜਾਂ ਤੁਹਾਨੂੰ ਹੀ ਫਾਇਦਾ ਹੋਣਾ ਸੋ ਉਹ ਚ ਚੰਗਾ ਲੱਗਣਾ ਪਏ ਕਿਸੇ ਨੂੰ ਸਿਖਾਉਣ ਲਈ ਨਾ ਭਜੋ ਸਿਖਾਉਣ ਤੋਂ ਭਜੋ ਨਾ ਜੇ ਕੋਈ ਕਹਿ ਰਿਹਾ ਕਿ ਮੈਨੂੰ ਸਿਖਾ ਦਿਓ ਉਹਨੂੰ ਸਿਖਾਓ ਕੱਲ ਨੂੰ ਉਹ ਬੰਦਾ ਚਾਹੇ ਸਿੱਖ ਬਟ ਉਹ ਤੁਹਾਨੂੰ ਖੁਦ ਨੂੰ ਪਤਾ ਹੋਊਗਾ ਯਾਰ ਆ ਬੰਦਾ ਮੇਰੇ ਨਾਲ ਕਿੱਸ ਕਰਾਇਆ ਸੀ ਹਾਂ ਤੇ ਉੱਥੇ ਆਪਣੇ ਆਪ ਨੂੰ ਫੀਲ ਹੁੰਦਾ ਬਟ ਉਹ ਤੁਝੇ ਜੈਲਸੀ ਕਰਕੇ ਮੈਂ ਇਹ ਸੋਚੂਗਾ ਯਾਰ ਇਹਨੂੰ ਨਹੀਂ ਸਿਖਾਉਣਾ ਸੀ ਇਹ ਇੱਥੇ ਆ ਗਿਆ ਇੱਥੇ ਆ ਗਿਆ ਬਟ ਉਹ ਚੀਜ਼ 네ਗੇਟਿਵ ਉਦੋਂ ਹੀ ਹੋਣੀ ਹੈ ਮੇਰੇ ਲਈ ਬਟ ਜੇ ਜ ਪ੍ਰਾਊਡ ਫੀਲ ਕਰੂੰਗਾ ਆਪਣੇ ਆਪ ਤੇ ਕਿ ਆਹ ਬੰਦਾ ਮੇਰੇ ਕਰਕੇ ਅੱਜ ਇਵਨ ਉਹ ਵੀ ਬੰਦੇ ਦੇ ਮਾਈਂਡ 'ਚ ਹੋਊਗਾ ਕਿ ਇਹ ਬੰਦੇ ਨੇ ਸਿਖਾਇਆ ਸੀ ਜੇ ਅਸੀਂ ਦੋਵੇਂ ਵਧੀਆ ਰਿਲੇਸ਼ਨ 'ਚ ਰਹਿਵਾਂਗੇ ਰਾਈਟ ਫਿਰ ਕੰਮ ਮੈਂ ਕਹਿੰਨਾ ਡਬਲ ਹੁੰਦਾ ਡਬਲ ਹੁੰਦਾ ਕੱਟਦਾ ਨਹੀਂ ਹੈ ਮੈਂ ਜ਼ਿਆਦਾ ਸਮਾਂ ਨਹੀਂ ਲੂੰਗੀ ਬਟ ਜ਼ਰੂਰ ਇਹ ਪੁੱਛਣਾ ਚਾਹੂੰਗੀ ਇਸ ਚੀਜ਼ ਲਈ ਤੁਸੀਂ ਮਿਹਨਤ ਬਹੁਤ ਕੀਤੀ ਹੋਣੀ ਹੈ ਨਾ ਜਿਸ ਮੁਕਾਮ ਤੇ ਤੁਸੀਂ ਉਹ ਜੋ ਇਹ ਜੋੜਾ ਪਿਆਰ ਤੁਹਾਨੂੰ ਅੱਜ ਮਿਲ ਰਿਹਾ ਹੈ ਨਾ ਪਰ ਇਹ ਸੁਪਨੇ ਵਾਂਗੂ ਲੱਗ ਰਿਹਾ ਹੈ ਕਿ ਲੱਗ ਰਿਹਾ ਨਹੀਂ ਇਹ ਸੁਪਨਾ ਨਹੀਂ ਹੈ ਇਹ ਮੈਂ ਸੋਚਿਆ ਸੀ ਉਦਾਂ ਹੀ ਹੋ ਰਿਹਾ ਹੈ ਦੇਖੋ ਜੀ ਜਦੋਂ ਆਪਾਂ ਗਾਉਣੀ ਲੱਗੇ ਜਦੋਂ ਮੈਂ ਛੋਟੇ ਹੁੰਦਿਆਂ ਤੋਂ ਗਾ ਰਿਹਾ ਹਣਾ ਤੇ ਇਹ ਨਹੀਂ ਕਿ ਆਪਾਂ ਪ੍ਰੋਫੈਸ਼ਨਲੀ ਗਾ ਰਹੇ ਸੀ ਅਸੀਂ ਉਦੋਂ ਵੀ ਨਾਰਮਲ ਗਾਉਂਦੇ ਸੀ ਕਿ ਗੱਡੀ ਜੀ ਬਹਿ ਕੇ ਗਾ ਲਿਆ ਕਿ ਕਿਤੇ ਬੜੇ ਕਦੋਂ ਚੀਜ਼ਾਂ ਰਿਐਲਿਟੀ ਬਣ ਜਾਂਦੀਆਂ ਵੀ ਸਾਨੂੰ ਸਾਹਮਣੇ ਕੁਝ ਹੋਰ ਮਿਲ ਜਾਂਦਾ ਕੁਝ ਪਤਾ ਨਹੀਂ ਬੜੇ ਇਹ ਕਿ ਤੁਸੀਂ ਕੰਟੀਨਿਊ ਕੰਮ ਕਰਦੇ ਰਹੋ ਇਸ ਚੀਜ਼ ਤੇ ਤੁਹਾਡਾ ਕਿਸੇ ਨੂੰ ਨਹੀਂ ਪਤਾ ਕਦੋਂ ਕੀ ਹੋ ਜਾਣਾ ਕਿਉਂਕਿ ਮੇਰੇ ਨਾਲ ਹੋਇਆ ਮੈਂ ਇੱਕ ਗੱਡੀ 'ਚ ਗਾਣੇ ਕੰਟੈਂਟ ਆਪਣਾ ਪਾਉਂਦਾ ਰਹਿੰਦਾ ਸੀ ਤੇ ਜਾਂ ਮੈਂ YouTube ਤੇ ਇੱਕ ਅੱਧੀ ਵੀਡੀਓ ਪਾ ਦਿੰਦਾ ਸੀ ਸਾਲ ਦੇ ਵਿੱਚ ਉਹ ਕਦੋਂ ਇੱਕ ਗਾਣਾ ਸਾਹਮਣੇ ਆ ਗਿਆ ਉਸ ਗਾਣੇ ਨੇ ਹੁਣ ਕਿੰਨੇ ਗਾਣੇ ਮੇਰੇ ਅੱਗੇ ਬਣਾਤੇ ਮੇਰੇ ਆਲਰੇਡੀ 12-13 ਪ੍ਰੋਜੈਕਟ ਬਣ ਗਏ ਸੋ ਸਾਡਾ ਹੁਣ ਵੀਡੀਓ ਦਾ ਵਰਕ ਚੱਲ ਰਿਹਾ ਸੋ ਮੈਂ ਤੇ ਇਹ ਕਹੂੰਗਾ ਜਿਹੜਾ ਬੰਦਾ ਇਸ ਲਾਈਨ ਨਾਲ ਜੁੜ ਗਿਆ ਜਾਂ ਤੇ ਜੁੜ ਗਏ ਜੇ ਫਿਰ ਕੰਟੀਨਿਊ ਕਰੋ ਤੇ ਜੇ ਲੱਗ ਰਿਹਾ ਕਿ ਕੰਟੀਨਿਊ ਨਹੀਂ ਕਰ ਸਕਦੇ ਬ੍ਰੇਕ ਲਓ ਟਾਈਮ ਆਊਗਾ ਚਾਹੇ ਤੁਹਾਡੀ ਏਜ 30 ਸਾਲ ਦੀ ਚਾਹੇ 35 ਚਾਹੇ 40 ਮੈਟਰ ਨਹੀਂ ਕਰਦਾ ਤੁਹਾਨੂੰ ਟੈਲੈਂਟ ਕਦੋਂ ਵੀ ਤੁਹਾਡਾ ਚੁੱਕਿਆ ਜਾ ਸਕਦਾ ਉਹ ਐਗਜ਼ਾਮਪਲਾਂ ਬਹੁਤ ਨੇ ਇੱਥੇ ਤੁਹਾਨੂੰ ਮਿਲ ਸਕਦੀਆਂ ਰੀਸੈਂਟ ਐਗਜ਼ਾਮਪਲ ਤੁਹਾਨੂੰ ਫੋਰਐਵਰ ਗਾਣਾ ਸੁਣਿਆ ਹੋਵੇਗਾ ਤੇਗੀ ਪੰਨੂ ਦਾ ਹਾਂਜੀ ਹਾਂਜੀ ਪ੍ਰੇਮ ਲਤਾ ਜੀ ਉਹ ਗਾਣਾ ਉਹਨਾਂ ਦਾ 13 ਸਾਲ ਪਹਿਲਾਂ ਰਿਕਾਰਡ ਹੋਇਆ ਸੀਗਾ ਅੱਜ ਦੇਖ ਲਓ ਹਾਂ ਤੇ ਉਹ ਉਹਨਾਂ ਦੀ ਉਮਰ ਵੀ ਹੁਣ ਕਿੰਨੀ ਮਤਲਬ ਉਹ ਹੋ ਚੁੱਕੀ ਹੈ ਪਰ ਸेलो ਚੱਲ ਗਈ ਚੱਲ ਗਏ ਹੈਨਾ ਲੋਕੀ ਅੱਜ ਵੀ ਉਸ ਨੇ ਦੀ ਵੀ ਚੱਲਿਆ ਜੀ ਆਹ ਦੇਖ ਲਓ ਕਿੰਨੇ ਬਾਅਦ ਚੱਲ ਪਰ ਸੋ ਕੁਝ ਪਤਾ ਨਹੀਂ ਐਟਲੀਸਟ ਉਹਨਾਂ ਦਾ ਕੰਟੈਂਟ ਸੀ ਉੱਥੇ ਪਤਾ ਨਹੀਂ ਕਿਹੜੇ ਇਨਫਲੂਐਂਸਰ ਨੇ ਚੁੱਕਿਆ ਕਿੱਦਾਂ ਉਹਨੇ ਪੋਸਟ ਕੀਤੀ ਜਾਂ ਉਹ ਚੀਜ਼ ਸਾਹਮਣੇ ਅੱਜ ਦੇਖੋ ਮੇਰੇ ਖਿਆਲ ਨਾਲ ਮੈਨੂੰ ਜਿੱਥੇ ਤੱਕ ਸੁਣਨ ਨੂੰ ਆਇਆ ਕਿ ਸਾਗਰ ਦੀ ਰੋਟੀ ਵਾਲੇ ਭਾਈ ਹੁਣੀ ਕਿਸੇ ਨਾ ਸਾਈਨ ਵੀ ਹੋ ਗਏ ਨੇ ਐਟ ਲੀਸਟ ਉਹਨਾਂ ਦੀ ਰੋਟੀ ਦੁਬਾਰਾ ਚੱਲ ਗਈ ਦੁਬਾਰਾ ਚੱਲ ਗਈ ਬਟ ਉਹਦਾ ਰੀਜ਼ਨ ਇਹ ਸੀ ਉਹਨਾਂ ਨੇ ਆਪਣਾ ਕੰਟੈਂਟ ਰੱਖਿਆ ਹੋਇਆ ਸੀ ਹੁਣ ਮੇਰਾ ਕੰਟੈਂਟ ਮੇਰਾ ਬਹੁਤ ਪਿਆ ਹੋਇਆ ਇਵਨ ਹਜੇ ਤੱਕ ਮੇਰੇ ਪੁਰਾਣੇ ਕੰਟੈਂਟ ਹੀ ਵੀ ਕੀ ਜਾ ਰਹੇ ਹੂੰ ਤੇ ਮੈਨੂੰ ਉਹੀ ਚੀਜ਼ ਹੈ ਜੀ ਮੈਂ ਪਾਏ ਸੀ ਤੇ ਉਹ ਵਿਕੇ ਜੇ ਮੈਂ ਪਾਉਂਦਾ ਹੀ ਨਾ ਬਿਲਕੁਲ ਬਸ ਇਹ ਹੈ ਕਿ ਜੇ ਟਾਈਮ ਆਊਗਾ ਉਹ ਵੀ ਹੋ ਜਾਊਗਾ ਕੁਝ ਹੋਰ ਕੰਟੈਂਟ ਤੇ ਵੀ ਸੋਚਿਆਗੀ ਤਾਂ ਮਤਲਬ ਕੁਝ ਨਵੇਂ ਕੰਟੈਂਟਸ ਵੀ ਹੈਗੇ ਆ ਰਿਲੇਸ਼ਨਸ ਤੋਂ ਇਲਾਵਾ ਕੁਝ ਹੋਰ ਤੇ ਵੀ ਸੋਚਿਆ ਹੋਇਆ ਹੈਗੀ ਹਾਂਜੀ ਕਾਫੀ ਕੁਝ ਹੈ ਬਟ ਮੈਂ ਦੱਸ ਨਹੀਂ ਸਕਦਾ ਹਜੇ ਬਟ ਚੀਜ਼ਾਂ ਕਾਫੀ ਨਵੀਆਂ ਵੀ ਆ ਅਸੀਂ ਜੋ ਪਹਿਲਾਂ ਗਾਇਆ ਉਹਦੇ ਨਾਲੋਂ ਥੋੜਾ ਵੱਖ ਵੀ ਆ ਬਟ ਇਹ ਹੈ ਕਿ ਇਹ ਨਹੀਂ ਕਿ ਮੈਂ ਬਹੁਤ ਚੱਕਵੇਂ ਗਾਉਣ ਲੱਗ ਗਿਆ ਕਿਉਂਕਿ ਮੇਰਾ ਜ਼ੋਨਲ ਨਹੀਂ ਹੈਗਾ ਠੀਕ ਹੈ ਤੇ ਬਟ ਟ੍ਰਾਈ ਜ਼ਰੂਰ ਕਰੂੰਗਾ ਯਾਨੀ ਕਿ ਮੈਂ ਟ੍ਰਾਈ ਨਹੀਂ ਕਰਨਾ ਮੈਂ ਟ੍ਰਾਈ ਜ਼ਰੂਰ ਕਰੂੰਗਾ ਨਹੀਂ ਚੱਲੂਗਾ ਜਿੱਦਾਂ ਮੈਂ ਸੇਮ ਗੱਲ ਕਹੀ ਮਬਰੇਕ ਲੂੰਗੀ ਹਾਂ ਮੈਂ ਆਪਣੇ ਆਪ ਚ ਚੇਂਜ ਲੈ ਕੇ ਆਉਂਗਾ ਕਿ ਜੇ ਇਹ ਚੀਜ਼ ਨਹੀਂ ਚੱਲ ਰਹੀ ਓਕੇ ਠੀਕ ਹੈ ਲੈਸ ਟ੍ਰਾਈ ਸਮਥਿੰਗ ਡਿਫਰੈਂਟ ਬ੍ਰੇਕ ਲੈਣੀ ਜ਼ਰੂਰੀ ਹੈ ਪਰ ਲੈ ਪੱਕਾ ਜੀ ਜ਼ਰੂਰੀ ਹੁੰਦੀ ਹੈ ਵੈਸੇ ਹਰ ਕੰਮ ਚ ਮੈਨੂੰ ਲੱਗਦਾ ਇੱਕ ਥੋੜੀ ਬ੍ਰੇਕ ਹੋਣੀ ਜ਼ਰੂਰੀ ਹੁੰਦੀ ਹੈ ਬਹੁਤ ਜ਼ਰੂਰੀ ਜੀ ਕਿਉਂਕਿ ਤੁਹਾਡਾ ਮਾਈਂਡ ਜਦ ਤੱਕ ਸਟੇਬਲ ਨਹੀਂ ਹੈਗਾ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਬਾਕੀ ਗੱਲਾਂ ਦੀਆਂ ਗੱਲਾਂ ਸੌਰੀ ਤੁਸੀਂ ਕੁਝ ਕਹਿ ਰਹੇ ਸੀਗੇ ਕੁਝ ਨਹੀਂ ਤੁਸੀਂ ਕਰੋ ਕੰਟੀਨਿਊ ਬਾਕੀ ਗੱਲਾਂ ਦੀਆਂ ਗੱਲਾਂ ਬਜਾਏ ਤੁਹਾਡੇ ਮਾਜਾ ਸਲੈਂਗ ਆਇਆ ਸੀ ਨਾ ਵਿੱਚ ਜੋ ਕਤਿਸੇ ਬੋਲੇ ਤਾਂ ਜੇ ਜੀ ਕੋਈ ਡਾਇਲੋਗ ਬੋਲੋ ਆਪਣੇ ਕੋਈ ਗੱਲੇ ਜਿੱਦਾਂ ਨੋਰਮਲ ਗੱਲ ਕਰਦੇ ਆ ਆ ਇਦਾਂ ਨਹੀਂ ਤੁਹਾਨੂੰ ਇੱਕ ਪਤਾ ਲੱਗੂਗਾ ਕਿ ਹਾਂ ਤੁਸੀਂ ਮਾਝੇ ਹਲਦੇ ਹੋ ਅੱਛਾ ਜੀ ਨਹੀਂ ਸਾਡੇ ਇਦਾਂ ਹੀ ਖਾਂਦੇ ਆ ਪੀਂਦੇ ਆ ਸੌਂਦੇ ਆ ਸਾਡੇ ਇਹ ਵੀ ਵੇੜਿਆ ਲੱਗਦਾ ਹੀ ਲੱਗਦਾ ਉਹ ਥੋੜਾ ਜਿਹਾ ਫਰਕ ਪੈ ਗਿਆ ਮੇਰਾ ਇੱਥੇ ਔਨ ਕਰਕੇ ਚੰਡੀਗੜ੍ਹ ਮੈਂ 5 ਸਾਲ ਇੱਥੇ ਸਟਡੀ ਕੀਤੀ ਫਿਰ ਬਾਹਰ ਚੱਲ ਗਏ ਹਾਂ ਮੈਂ ਇੰਗਲਿਸ਼ ਬਹੁਤ ਵਧੀਆ ਬੋਲਨਾਂ ਬਟ ਮੈਨੂੰ ਇਹੋ ਹੀ ਹੁੰਦਾ ਕਿ ਨਹੀਂ ਸਾਡਾ ਆਪਣੀ ਕਮਿਊਨਿਟੀ ਦੀ ਜੋ ਲੈਂਗੁਏਜ ਹੈ ਮੈਂ ਉਹੀ ਯੂਜ਼ ਕਰਾਂ ਨਹੀਂ ਮਾਝੇ ਵਾਲੇ ਦੀ ਭਾਸ਼ਾ ਬਹੁਤ ਮੈਨੂੰ ਵਧੀਆ ਲੱਗਦੀ ਹੈ ਉਹ ਤੇ ਵਧੀਆ ਸ਼ਾਹ ਜੀ ਸ਼ਾਹ ਜੀ ਸ਼ਾਹ ਜੀ ਜੀ ਇੱਕ ਸੋਨੂ ਸਿੱਧੂ ਵਾਲੇ ਦੇ ਕੋਲ ਬਹੁਤ ਜੋ ਜੋ ਕਰਕੇ ਤੇ ਵਧੀਆ ਉਹ ਚੱਲਦਾ ਹੈ ਠੀਕ ਉਹ ਵੀ ਦੇਖੋ ਇੱਕ ਇਨਸਾਨ ਹੀ ਹਾਂ ਉਹਨੂੰ ਉਦਾਂ ਕਿਸੇ ਨੇ ਨਹੀਂ ਪੁੱਛਣਾ ਸੀ ਕੋਈ ਇਵਨ ਤੁਸੀਂ ਵੀ ਨਹੀਂ ਕਹਿ ਸਕਦੇ ਵੀ ਅਸੀਂ ਜਾ ਕੇ ਮਿਲਣਾ ਸੀ ਜਾਂ ਕੋਈ ਹੋਰ ਆਰਟਿਸਟ ਜਾ ਕੇ ਮਿਲਦਾ ਬੰਦਾ ਚਾਹੇ ਫਨੀ ਤੌਰ ਤੇ ਕਰ ਰਿਹਾ ਬਟ ਲੋਕਾਂ ਨੇ ਉਹਨੂੰ ਚੁੱਕਿਆ ਪ੍ਰੋਮੋਸ਼ਨਸ ਕਰਵਾ ਰਹੇ ਆ ਲੋਕੀ ਉਹਦੇ ਤੋਂ ਏਟਲੀਸਟ ਉਹਦਾ ਕਰ ਚੱਲ ਰਿਹਾ ਮੈਂ ਤੁਸੀਂ ਮੰਨੋਗੇ ਨਹੀਂ ਕਿ ਤੇ ਪ੍ਰੋਮੋਸ਼ਨ ਤੇ ਉਹ ਲੇਟੈਸਟ ਗਿਆ ਸੀ ਤੇ ਲੋਕਾਂ ਨੇ ਕਹਿੰਦੇ ਕਿ ਇੰਨੇ ਫੋਨ ਆਰਟਿਸਟ ਦੇ ਔਨ ਤੱਕ ਨਹੀਂ ਨਿਕਲੇ ਜਿੰਨੇ ਕਿ ਉਹਦੇ ਔਨ ਤੇ ਨਿਕਲੇ ਸੀਗੇ ਇਹ ਵੱਡੀ ਗੱਲ ਆ ਕਿਉਂਕਿ ਉਹਦਾ ਫੇਸ ਚੱਲ ਰਿਹਾ ਹਾਂ ਉਹਦਾ ਫਨ ਪਾਰ ਚੱਲ ਰਹੀ ਆ ਏਟਲੀਸਟ ਉਹ ਸਿੱਧਾ ਜਿਹਾ ਬੰਦਾ ਹਾਂ ਉਹਨੂੰ ਯੂਜ਼ ਵੀ ਕਰ ਰਹੇ ਲੋਕ ਬਟ ਕਿਤੇ ਨਾ ਕਿਤੇ ਚਲੋ ਰੱਬ ਸੁਣ ਰਿਹਾ ਹਾਂ ਰੱਬ ਦਾ ਬੰਦਾ ਤੇ ਰੱਬ ਦੇਖ ਹੀ ਰਿਹਾ ਸਭ ਕੁਝ ਬਿਲਕੁਲ ਪਹਿਲਾਂ ਚੀਮਾ ਸਾਹਿਬ ਆਏ ਸੀ ਤਾਂ ਹੁਣ ਦੇਖ ਲੋ ਉਹ ਬੰਦਾ ਮੈਨੂੰ ਨਹੀਂ ਲੱਗਦਾ ਕਿ ਕਿਤੇ ਸ਼ਾਇਦ ਬਾਹਰ ਜਾ ਸਕਦਾ ਹਰ ਕੰਟਰੀ ਕੋ ਮਾਇਆ ਹਾਂ ਬਿਲਕੁਲ ਤੇ ਹੁਣ ਇੱਕ ਯੂਕੇ ਚ ਰਹਿੰਦਾ ਸ਼ਹਿਰ ਯੂਕੇ ਚ ਰਹਿੰਦੇ ਹੁਣ ਮੈਂ ਦੇਖਦਾ ਹੁੰਦਾ ਜਦੋਂ ਸਾਡੀ ਟਿਕਟੋਕ ਚੱਲਦੀ ਹੈ ਨਾ ਸੋ ਮੈਂ ਦੇਖਦਾ ਹੁੰਦਾ ਨਾ ਕਿ ਯਾਰ ਐਦਾਂ ਕਰਕੇ ਤੇ ਬਸ ਬੈਠੇ ਹੁੰਦੇ ਨੇ ਸਾਹਮਣੇ ਤੇ ਉਹਨਾਂ ਦਾ ਚੱਲ ਰਿਹਾ ਹੁੰਦਾ ਪਰ ਦੇਖੋ ਲੋਕਾਂ ਨੇ ਚੜਾਇਆ ਹੈ ਨਾ ਲੋਕੀ ਹੀ ਚੜਾਉਂਦੇ ਲੋਕੀ ਉਤਾਰਦੇ ਆ ਪਰ ਕਿਸੇ ਦੇ ਲਾਈਵ ਸੈੱਟ ਹੋ ਜਾਵੇ ਤਾਂ ਉਸ ਤੋਂ ਵਧੀਆ ਕੀ ਚੀਜ਼ ਹੈ ਹੈਨਾ ਬਟ ਇਹ ਲਾਈਕ ਇਹ ਵੀ ਹੈ ਕਿ ਅਗਲਾ ਬੰਦਾ ਆਪਣੀ ਡਿਊਟੀ ਸਮਝਦੇ ਤੇ ਵਧੀਆ ਕੰਟੈਂਟ ਜਿਹੜਾ ਲੋਕਾਂ ਤੱਕ ਲੈ ਕੇ ਆਵੇ ਉਹਨੂੰ ਪੋਜ਼ਿਟਿਵ ਰੱਖਣਾ ਵੀ ਲੋਕਾਂ ਦਾ ਹੱਥ ਹੈ ਉਹਨੂੰ ਨੈਗੇਟਿਵ ਰ ਜਿਵੇਂ ਉਹਦਾ ਰਿਸਪੌਂਸ ਆ ਰਿਹਾ ਤੇ ਓਬਵੀਅਸਲੀ ਮੈਂ ਉਹੀ ਚੀਜ਼ ਕਰੂੰਗਾ ਹੁਣ ਲੋਕੀ ਕਈ ਕਹਿ ਲੈਂਦੇ ਆ ਕਿ ਉਹ ਗੰਦ ਪਾਉਣ ਲੱਗ ਗਏ ਉਹੀ ਚੀਜ਼ਾਂ ਕਰਨ ਲੱਗ ਗਏ ਬਟ ਲੋਕ ਫਿਰ ਦੇਖਦੇ ਕਿਉਂ ਹਾਂ ਬਿਲਕੁਲ ਉਹਦੇ ਵੀਊ ਕਿਉਂ ਵਧਾ ਰਹੇ ਹੋ ਕਿਉਂ ਵਧਾ ਰਹੇ ਹੋ ਤੁਸੀਂ ਸਿੱਧਾ ਬੰਨ ਬੈਨ ਕਰੋ ਹੁਣ ਜੇ ਉਹ ਬੰਦੇ ਨੂੰ ਉਹ ਚੀਜ਼ ਦਾ ਰਿਸਪੌਂਸ ਆ ਰਿਹਾ ਉਹ ਕੰਟੀਨਿਊ ਕਰੂੰਗਾ ਕੰਟੀਨਿਊ ਕਰੂਗਾ ਉਹਨੂੰ ਉਸ ਚੀਜ਼ ਤੋਂ ਪੈਸਾ ਆ ਰਿਹਾ ਤੇ ਇੱਥੇ ਮੈਨੂੰ ਨਹੀਂ ਲੱਗਦਾ ਕੋਈ ਇਹ ਬੰਦ ਕਰਕੇ ਜੇ ਉਹਦਾ ਕੰਮ ਬੰਦ ਕਰਾ ਦਿੱਤਾ ਤੇ ਉਹਨੂੰ ਇਹ ਗੱਲ ਕਹੂਗਾ ਕਿ ਯਾਰ ਬਈ ਮੈਂ ਤੂੰ ਇਹ ਬੰਦ ਕਰ ਮੈਂ ਤੈਨੂੰ ਪੈਸ ਲੋਕਾਂ ਨੇ ਉਹਨੂੰ ਬਹੁਤ ਮਾੜਾ ਚੰਗਾ ਕਿਹਾ ਮੈਂ ਨਹੀਂ ਕਹਿੰਦਾ ਕਿ ਮੂਵੀ ਬਹੁਤ ਵਧੀਆ ਜਾਂ ਬਕਲਾਗਰ ਬਹੁਤ ਵਧੀਆ ਸੀ ਉਹਦੇ ਗਾਣੇ ਜਿੱਦਾਂ ਦੇ ਵੀ ਸੀ ਲੋਕਾਂ ਨੇ ਪਸੰਦ ਕੀਤੇ ਅੱਜ ਤੱਕ ਉਹ ਬੰਦਾ ਜਿੰਦਾ ਆ ਗਾਣਿਆ ਕਰਕੇ ਤੇ ਚਾਹੇ ਜਿੱਦਾਂ ਦੇ ਮਰਜ਼ੀ ਗਾਣੇ ਉਹਦੇ ਗਾਣੇ ਸਾਰੇ ਚੱਲ ਰਹੇ ਨੇ ਹਾਂ ਬਿਲਕੁਲ 35 ਸਾਲ ਬਾਅਦ ਵੀ ਲੋਕੀ ਉਹਨੂੰ ਸੁਣਦੇ ਨੇ ਹੈਨਾ ਉਹ ਗੀਤਾਂ ਰਾਹੀਂ ਤਾਂ ਅਮਰ ਹੀ ਹੈ ਅਮਰ ਹੀ ਹੈ ਜੋ ਮਰਜੀ ਤੁਸੀਂ ਕਹੋ ਜਿੱਦਾਂ ਅੱਜ ਵੀ ਮਾੜਾ ਚੰਗਾ ਮਾੜਾ ਕਿਹਾ ਬੜੋ ਜਿੰਦਾ ਹੈ ਹਾਂ ਬਿਲਕੁਲ ਤੇ ਮੈਨੂੰ ਲੱਗਦਾ ਕਿ ਇਹ ਲੋਕਾਂ ਤੇ ਹੀ ਹੈ ਲੋਕ ਹੀ ਸਭ ਕੁਝ ਹੈਗੇ ਐਟ ਦੀ ਐਂਡ ਸੋ ਲੋਕਾਂ ਦੇ ਡਿਪੈਂਡ ਹੈ ਕਿਹੜੀ ਚੀਜ਼ ਚਲਾਨੀ ਹੈ ਕਿਹੜੀ ਨਹੀਂ ਚਲਾਨੀ ਮੈਂ ਤਾਂ ਸਿੰਪਲ ਤੁਹਾਨੂੰ ਦੱਸ ਰਿਹਾ ਕਿ ਤੁਸੀਂ ਮੂਵੀ ਦੇਖ ਲਓ ਚਮਕੀਲਾ ਮੈਂ ਪ੍ਰੋਮੋਸ਼ਨ ਨਹੀਂ ਕਰ ਰਿਹਾ ਪਰ ਤੁਸੀਂ ਮੂਵੀ ਦੇਖੋ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਕਿ ਉਹ ਬੰਦੇ ਨੇ ਚੰਗਾ ਗਾਉਣਾ ਵੀ ਸ਼ੁਰੂ ਕੀਤਾ ਸੀ ਬਟ ਉਹੀ ਲੋਕ ਜਿਹੜੇ ਸਾਹਮਣੇ ਬੈਠੇ ਹੁੰਦੇ ਸੀ ਉਹਨਾਂ ਨਾਲ ਹੀ ਚੰਗਾ ਸੁਣਨ ਤੋਂ ਬਾਅਦ ਕਹਿੰਦੇ ਸੀ ਯਾਰ ਉਹ ਸੁਣਾ ਉਹ ਇੱਕ ਐਗਜ਼ਾਮਪਲ ਆ ਕਿ ਬੰਦਾ ਚੰਗਾ ਹੋਣ ਦੀ ਟਰਾਈ ਕਰ ਰਿਹਾ ਬਟ ਜੇ ਉੱਥੇ ਜਿੱਦਾਂ ਹੁਣ ਉੱਥੇ ਦਿਖਾਏ ਗਏ ਆ ਕਿ ਉਹਨੂੰ ਮਨਾ ਕਰਨ ਵਾਲੇ ਕਿੰਨੇ ਬੰਦੇ ਸੀ ਉਹੀ ਜੀ ਉਹਨੂੰ ਮਨਾ ਕਰਨ ਦੀ ਬਜਾਏ ਉਹਨੂੰ ਕਹਿੰਦੇ ਵੀ ਥੋੜੀ-ਥੋੜੀ ਚੇਂਜ ਕਰ ਸ਼ਾਇਦ ਚੇਂਜ ਹੋ ਜਾਂਦਾ ਬਟ ਜਦੋਂ ਉਹਨੂੰ ਰੋਕਣ ਹੀ ਲੱਗ ਗਏ ਬੰਦ ਹੀ ਕਰਨ ਲੱਗੇ ਉਹਦਾ ਕੰਮ ਬੰਦ ਹੋ ਰਿਹਾ ਸੀ ਰੋਟੀ ਬੰਦ ਹੋ ਰਹੀ ਸੀ ਫਿਰ ਜਦੋਂ ਤੁਸੀਂ ਤੁਹਾਨੂੰ ਆਜ ਐਂਕਰਿੰਗ ਲਈ ਵੀ ਮਨਾ ਕਰਦੇ ਵੀ ਤੁਸੀਂ ਵਧੀਆ ਨਹੀਂ ਕਰਦੇ ਤੁਸੀਂ ਬੰਦ ਥੋੜੀ ਕਰੋ ਇਹ ਥੋੜੀ ਰੋਟੀ ਇਹ ਤਾਂ ਚਲੇ ਕਰਦੇ ਰਾਵਾਂਗੇ ਉਹੀ ਚੀਜ਼ ਹੈ ਇਹ ਰੋਟੀ ਪਹਿਲਾ ਤਾਂ ਹਰ ਕਿਸ ਨੂੰ ਚਾਹੀਦਾ ਆਪਣੇ ਜਿਹੜੀ ਬੇਸਿਕ ਨੀਡਸ ਆ ਉਹਦੇ ਲਈ ਸਭ ਤੋਂ ਵੱਡੀ ਚੀਜ਼ ਆ ਕਿ ਜਾਂ ਉਹਦੀਆਂ ਨੀਡਸ ਪੂਰੀਆਂ ਕਰ ਲੇ। ਹਮ ਬਿਲਕੁਲ। ਉਹਨੂੰ ਕਹਿ ਦੋਗੇ ਅਸੀਂ ਤੈਨੂੰ ਦੇ ਦਿੱਤੇ ਪੈਸੇ ਇੰਨੇ। ਤੂੰ ਆ ਬੰਦ ਕਰ ਦੇ। ਠੀਕ। ਅਗਲਾ ਕਰ ਦੂ। ਅਗਲੇ ਨੂੰ ਕੀ ਲੋੜ ਆ ਕਰਨ ਦੀ? ਇੰਨੇ ਗੱਡਸ ਰੱਖੋ ਫਿਰ ਉਹਨੂੰ ਬੰਦ ਕਰਾਉਣ ਦੀ ਰੱਖ ਰਹੇ ਤੇ ਉਹਨੂੰ ਇੰਨੇ ਗੱਡਸ ਵੀ ਰੱਖੋ ਉਹਦੀ ਸੇਫਟੀ ਹੈਲਪ ਵੀ ਕਰੋ। ਹੋਣਾ ਚਾਹੀਦਾ ਹੈ ਨਾ। ਹੋਣਾ ਚਾਹੀਦਾ ਬਿਲਕੁਲ ਮੈਨੂੰ ਲੱਗਦਾ ਕਿ ਇਸ ਸੋਸਾਇਟੀ ਹੈ ਬਹੁਤ ਕੰਪਲਿਕੇਟਿਡ ਹੈ ਤੇ ਤੁਸੀਂ ਨਹੀਂ ਸਮਝ ਸਕਦੇ ਕੀ ਨਾ ਅਸੀਂ ਸਮਝ ਸਕਦੇ ਨਾ ਸਮਝਾ ਸਕਦੇ ਸਮਝਾ ਸਕਦੇ ਹੈਨਾ ਸੋ ਹਰ ਕੋਈ ਸਿਆਣਾ ਅੱਜਕੱਲ ਆਪਣੇ ਘਰ ਦੇ ਵਿੱਚ ਉਹ ਬੰਦਾ ਆਪਣੇ ਹਿਸਾਬ ਦੇ ਨਾਲ ਜੋ ਤੁਸੀਂ ਕਹੋਗੇ ਉਹਨੇ ਹੀ ਨਹੀਂ ਕਹਿਣਾ ਕਿ ਇਹਦੇ ਵਰਡ ਕੀ ਉਹਨੇ ਕਿਸ ਤਰ੍ਹਾਂ ਗੱਲ ਲੈਣੀ ਉਹ ਉੱਤੇ ਡਿਪੈਂਡ ਹੈਗਾ ਹੈਨਾ ਸੋ ਤੁਹਾਡੀ ਗੱਲ ਉੱਤੇ ਸਾਰੀ ਬਿਲਕੁਲ ਉਹਦਾ ਮਤਲਬ ਹੀ ਜਿਹੜਾ ਹੈ ਉਹ ਮਾਇਨੇ ਚੇਂਜ ਹੋ ਜਾਂਦੇ ਆ ਸੇਵ ਜੀ ਸਕੂਲ ਨੂੰ ਲੈ ਗਈ ਹੈ ਕਿ ਅਸੀਂ ਸਕੂਲ 'ਚ ਸਾਨੂੰ ਪੜਾਉਂਦੇ ਕੀ ਹੈ ਅਸੀਂ ਸਿੱਖਦੇ ਕੀ ਹੈ ਹਾਂ ਬਿਲਕੁਲ ਤੇ ਸਾਡਾ ਅਸੀਂ ਬਣਦੇ ਕੀ ਹਾਂ ਬਣਦੇ ਕੀ ਅਸੀਂ ਕਦੀ ਡਾਕਟਰ ਨਹੀਂ ਬਣ ਚੱਲੇ ਜਿਹੜੇ ਬੰਦਾ ਫੋਕਸ ਕਰਦਾ ਡਾਕਟਰ ਹੀ ਬੰਨਾ ਉਹਨੇ ਡਾਕਟਰ ਹੀ ਬੰਨਾ ਤੇ ਜਿਹੜੇ ਬੰਦੇ ਨੂੰ ਪਤਾ ਮਹੈਸ਼ਤਾਨ ਆ ਠੀਕ ਹੈ ਹੁਣ ਮੈਂ 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 ਪੜਨ ਵਾਲਾ ਬੱਚਾ ਨਹੀਂ ਸੀ ਮੈਂ ਬਹੁਤ ਸ਼ੈਤਾਨ ਸੀ ਆਪਣੇ ਟਾਈਮ 'ਚ ਮੈਂ ਫਾਜ਼ਲ ਸਾਹਿਬ ਦਾ ਇੰਨਾ ਪੈਸਾ ਖਰਾਬ ਕੀਤਾ ਪਰ ਜਦੋਂ ਮੇਰਾ ਟਾਈਮ ਆਇਆ ਜਦੋਂ ਮੈਨੂੰ ਖੁਦ ਉਸ ਲਾਈਨ 'ਚ ਆਉਣਾ ਪਿਆ ਮੈਂ ਇੱਕ ਵਿਆਹ ਵੀ ਕਰਾ ਲਿਆ ਮੈਂ ਉਸ ਲਾਈਨ 'ਚ ਆ ਗਿਆ ਮੇਰੇ ਤੇ ਜ਼ਿੰਮੇਵਾਰੀਆਂ ਆ ਗਈਆਂ ਮੈਨੂੰ ਆਪੇ ਅਗਲਾ ਹੀ ਹੂੰ ਠੀਕ ਹੈ ਅਸੀਂ ਖਰਚੇ ਫालतू ਕਰਨੇ ਬੰਦ ਕਰਦੇ ਅਸੀਂ ਇੱਕ ਸਿਆਣੀ ਜੀ ਲਾਈਨ 'ਚ ਹੋਗੇਗੀ ਹਾਂ ਹੁਣ ਸਮਝ ਆਉਂਦੀ ਕਿ ਬਾਪੂ ਹਣੀ ਇੰਦਾ ਕਿਉਂ ਕਰਦੇ ਸੀ ਕਿਉਂ ਕਰਦੇ ਸੀਗੇ ਬਿਲਕੁਲ ਹਰ ਚੀਜ਼ ਦਾ ਟਾਈਮ ਹਮ ਰਿਸਪੋਨਸਿਬਿਲਟੀ ਪੈਣ ਤੇ ਹੀ ਗੱਲਾ ਸਮਝ ਆਉਂਦੀ ਹੈ ਇਹ ਉਹਦੀ ਆਣੀ ਆ ਬਹੁਤ ਵਧੀਆ ਲੱਗੇ ਤੁਹਾਨੂੰ ਸਾਰੇ ਗੱਲਬਾਤ ਕਰਕੇ ਉਮੀਦ ਕਰਦੇ ਆ ਕਿ ਤੁਹਾਨੂੰ ਵੀ ਵਧੀਆ ਲੱਗੀ ਹੋਵੇਗੀ ਇਹ ਕਨਵਰਸੇਸ਼ਨ ਬਟ ਜਾਂਦੇ ਆਂਦੇ ਤੁਹਾਡੇ ਬਹੁਤ ਸਾਰੇ ਗੀਤ ਇੰਦਾਂ ਦੇ ਆ ਕਿ ਜਿਹੜੇ ਮੈਂ ਨਹੀਂ ਸੁਨੇ ਇਸ ਇੰਟਰਵਿਊ ਦੇ ਵਿੱਚ ਹੈ ਨਾ ਬਟ ਬਹੁਤ ਲੋਕੀ ਪਸੰਦ ਕਰਦੇ ਚਾਹੇ ਮਾਂ ਤੇ ਗੀਤ ਹੋਵੇ ਚਾਹੇ ਬਾਪੂ ਦੇ ਗੀਤ ਹੋਵੇ ਸੋ ਤੁਸੀਂ ਦੱਸ ਦਿਓ ਕਿਹੜਾ ਗੀਤ ਜਾਂਦੇ ਆਂਦੇ ਸੁਣਾਣਾ ਚਾਹੋਗੇ ਇੱਕ ਮਾਂ ਗਾਣਾ ਹੀ ਆ ਮੈਂ ਸੁਣਾਣਾ ਮੈਂ ਮਾਏ ਅੱਖਾਂ ਬੰਦ ਕਰ ਲਾਂ ਮੈਂ ਮਾਏ ਅੱਖਾਂ ਬੰਦ ਕਰ ਲਾਂ ਤੇਰਾ ਚਿਹਰਾ ਦਿਸਦਾ ਹਿਆ ਮੈਂ ਜਦੋਂ ਕੀ ਤੇਰੋਂ ਨਾ ਆ ਮੈਂ ਜਦੋਂ ਕੀ ਤੇਰੋਂ ਨਾ ਆ ਕੋਈ ਹਾਲ ਨ ਪੁੱਛਦਾ ਹਿਆ ਹੋ ਬਾਪੂ ਨੂੰ ਵੀ ਫੋਨ ਮੈਂ ਮਲਾ ਕੇ ਰੋਲਿਆ ਹੋ ਕਰ ਲਿਆ ਸੀ ਚਿੱਤ ਮੈਂ ਤਾਂ ਬੜਾ ਹੌਲਿਆ ਬਾਪੂ ਨੂੰ ਵੀ ਫੋਨ ਮੈਂ ਮਲਾ ਕੇ ਰੋਲਿਆ ਹੋ ਕਰ ਲਿਆ ਸੀ ਚਿੱਤ ਮੈਂ ਤਾਂ ਬੜਾ ਹੌਲਿਆ ਤੂਫੂਣੀ ਉੱਤੇ ਰਵੇਂ ਪੁੱਛਦੀ ਤੂਫੂਣੀ ਉੱਤੇ ਰਵੇਂ ਪੁੱਛਦੀ ਕਿਉ ਪੁੱਤ ਹੋਇਆ ਲਿਸਾ ਹਾਇ ਮੈਂ ਮਾਂ ਐ ਅੱਖਾਂ ਬੰਦ ਕਰ ਲਾਂ ਮਾਂ ਐ ਅੱਖਾਂ ਬੰਦ ਕਰ ਲਾਂ ਤੇਰਾ ਚਿਹਰਾ ਦਿਸਦਾ ਆ ਬਹੁਤ ਸੋਨੇ ਗਾਣੇ ਤੁਸੀਂ ਗਾਉਂਦੇ ਵੀ ਹੋ ਲਿਖਦੇ ਵੀ ਹੋ ਉਹ ਵੀ ਕਰਦੇ ਆ ਕਿ ਲੋਕੀ ਜਿੰਨਾ ਹੁਣ ਤੱਕ ਤੁਹਾਡੇ ਸਾਰੇ ਗੀਤਾਂ ਨੂੰ ਪਿਆਰ ਦਿੱਤਾ ਉਸ ਤੋਂ ਡਬਲ ਆਉਣ ਵਾਲੇ ਗੀਤਾਂ ਨੂੰ ਪਿਆਰ ਦੇਣ ਜੋ ਕਿ ਮੈਨਾਂ ਦਾ 12 13 ਕਿ ਤੁਸੀਂ ਕਹਿ ਰਹੇ ਹੋ ਪਾਈਪਲਾਈਨ ਪਾਈਪਲਾਈਨ ਦੇ ਵਿੱਚ ਹੈਗੇ ਆ ਸੋ ਉਮੀਦ ਕਰਦਾ ਕਿ ਲੋਕੀ ਬਹੁਤ ਐਪਰੀਸ਼ੀਏਟ ਕਰਨ ਔਰ ਅੱਛੇ ਕੰਟੈਂਟ ਨੂੰ ਹਮੇਸ਼ਾ ਐਪਰੀਸ਼ੀਏਟ ਕਰਦੇ ਰਹਿਣ ਥੈਂਕ ਯੂ ਥੈਂਕ ਯੂ ਸੋ ਮੱਚ ਸਾਡੇ ਕੋਲ ਇੱਥੇ ਸਾਡੇ ਨਾਲ ਜੁੜਨ ਦੇ ਲਈ ਐਂਡ ਸਾਡੇ ਵਿਊਜ਼ ਨੂੰ ਕੁਝ ਕਹਿਣਾ ਚਾਹੋਗੇ ਕੋਈ ਖਾਸ ਸੁਨੇਹਾ ਇਹਨਾਂ ਦੇ ਲਈ ਬਸ ਇਹਨਾਂ ਕਹੂੰਗਾ ਜੀ ਜਿਹੜਾ ਕੰਮ ਕਰ ਰਹੇ ਜੀ ਪੋਜ਼ਿ ਬਾਕੀ ਮਾਲਕ ਬੈਠਾ ਚੰਗਾ ਮਾੜਾ ਉਹਨੇ ਦੇਖਣਾ ਤੁਸੀਂ ਆਪਣਾ ਕੰਮ ਕਰੋ ਤੇ ਮਾਲਕ ਆਪੇ ਵਾਧਾ ਪਾਊਗਾ ਚਿਰਦੀ ਕਲਾ ਦੇ ਵਿੱਚ ਹਮੇਸ਼ਾ ਰਹੋ ਹੈਨਾ थैंक यू ਸੋ ਮਚ ਸਰ थैंक यू ਸਰ ਸ਼ਿਕਾ ਸੋ ਜਿਨ ਸਾੜਨਾਲ ਸਾਵੀਖਾਲੂ ਉਮੀਦਕਾਰ ਦੇ ਕਨਵਰਸੇਸ਼ਨ ਤੁਹਾਨੂੰ ਵਧੀਆ ਲੱਗੀ ਹੋਵੇਗੀ ਔਰ ਸਾਵੀ ਦੇ ਕਿਹੜੇ ਗਾਣੇ ਤੁਹਾਡੇ ਫੇਵਰਟ ਹੈ ਪਲੀਜ਼ ਤੁਹਾਨੂੰ ਕਮੈਂਟ ਕਰਕੇ ਦੱਸੋ ਔਰ ਬਾਕੀ ਅਪਡੇਟਸ ਲਈ ਬਾਲੀਵੁੱਡਰ ਦਾ ਪੰਜਾਬੀ ਤੇ ਜਗ ਮੰਨੇ ਨਾਲ ਜੁੜੇ ਰਹੋ ਸਰ ਸ਼ਿਕਾ